ਪੰਜਾਬੀ ਸੰਗੀਤ ਜਗਤ ਵਿੱਚ ਇੱਕ ਅਜਿਹੀ ਜੋੜੀ ਆ ਜਿਹੜੀ ਸਰੀਲਾ ਗਾਉਂਦੀ ਆ, ਦੋਨੋਂ ਮੀਆਂ ਬੀਬੀ ਆ। ਲਗਭਗ ਉਹਨਾਂ ਦੇ ਗਾਏ ਹੋਏ ਗੀਤ ਲੋਕਾਂ ਨੂੰ ਪੂਰਾ ਮਜ਼ਾ ਆਉਂਦਾ ਹੈ, ਤੇ ਅਜਿਹੇ 뮤직 ਦੇ ਵਿੱਚ ਗਾਉਂਦੇ ਆ ਜਿਹੜਾ ਪੁਰਾਣਾ 뮤직 ਦੀ ਗੱਲ ਕਰਦੇ ਆ, ਤੇ ਅੱਜ ਜਿਹੜੀ ਨਵੀਂ ਗਾਇਕੀ ਦੇ ਵਿੱਚ ਵੀ ਪੂਰੇ ਟਿਕਵੇ ਆ। ਅੱਜ ਹੁਣੇ ਹੀ ਜਿਹੜਾ ਕੁਛ ਦਿਨਾਂ ਪਹਿਲਾਂ ਉਹਨਾਂ ਦਾ ਇੱਕ ਗੀਤ ਆ ਕੇ ਗਿਆ, ਪੂਰਾ ਫੇਮਸ ਹੈ। ਅੱਜ ਉਹ ਜੋੜੀ ਸਾਡੇ ਨਾਲ ਹੈ, ਤੇ ਕਾਫੀ ਗੀਤ ਜਿਹੜੇ ਆ ਸੋਸ਼ਲ ਮੀਡੀਆ ਤੇ ਉਹਨਾਂ ਦੇ ਵਾਇਰਲ ਵੀ ਹੁੰਦੇ ਰਹਿੰਦੇ ਆ। ਮੈਂ ਗੱਲ ਕਰ ਰਿਹਾ ਕੁਲਿੰਦਰ ਕਵਲ ਹੋਰਾਂ ਦੀ ਤੇ ਸਪਨਾ ਕਵਲ ਹੋਰਾਂ ਦੀ। ਹਟਪਣ ਸਾਰਿਆਂ ਦੀ ਵੀਡੀਓ ਜਿਹੜਾ ਤੁਹਾਡਾ ਵਾਇਰਲ ਹੋਇਆ ਸੀ ਸੋਸ਼ਲ ਮੀਡੀਆ ਤੇ, ਉਸ ਵੀਡੀਓ ਨੇ ਧੱਕ ਪਾ ਦਿੱਤੀ ਸੀ, ਪੰਜਾਬੀ ਦੀ ਗੱਲ ਧੱਕ ਪਾ ਦਿੱਤੀ ਵੀ ਲੋਕ ਰਾਤੋ ਰਾਤ ਕੁਲਿੰਦਰ ਕਵਲ ਇਹ ਕੌਣ ਨੇ ਲੋਕ ਇਹ ਪੁੱਛਣ ਲੱਗੇ। ਪਰਿਵਾਰ ਦੇ ਵਿੱਚ ਜਿਹੜਾ ਇਤਫਾਕ ਹੈ ਕਿੱਦਾਂ ਦਾ ਹੈ, ਕਦੇ ਲੋਕ ਚੁੱਪ ਨਹੀਂ ਹੋ ਜਾਂਦੇ? ਲੈ ਲੈ ਯਾਰ, ਹੈ ਤਾਂ ਮੇਰਾ ਵੀ ਹੱਥ ਤੰਗ ਹੈ, ਪਰ ਦੇ ਦਿੰਦਾ। ਹੁਣੇ ਉੱਧਰ ਗਿਆ ਤੇ 20 ਰੁਪਏ ਲੈ ਫੜਾ, ਹੁਣ 20 ਰੁਪਏ ਫੜਾ ਕੇ ਜੇ ਫੜਾਏ ਉਹ ਤਾਂ ਬਹੁਤ ਬਹੁਤ ਧੰਨਵਾਦ। ਮੈਂ ਤੁਹਾਡਾ ਦੇਣਾ ਜ਼ਿੰਦਗੀ ਭਰ ਨਹੀਂ ਮੋੜ ਸਕਦਾ, ਪਰ ਮੇਰੇ ਮੋੜੇ ਤੈਨੂੰ ਦਸਾਂ ਰਾਸਤੇ ਦਿੱਤੇ ਸੀ ਤੂੰ ਜ਼ਿੰਦਗੀ ਭਰ ਦਾ ਦੇਣਾ, ਇਸ ਕਰਕੇ ਵੀ ਇਹਨਾਂ ਦਾ ਦੇਣਾ ਤਾਂ ਮੋੜਨਾ ਹੀ ਪੈਂਦਾ। ਅੱਜ ਦੀ ਗਾਇਕੀ ਬਾਰੇ ਕੀ ਮੰਨਦੇ ਹੈਗੇ? ਅੱਜ ਚਿੱਟੇ ਦਾ ਦੌਰ ਹੈ, ਲੋਕ ਅਸਲੇ ਵਾਲੇ ਪ੍ਰਮੋਟਰ ਨੂੰ ਤਾਂ ਸਰਕਾਰ ਨੇ ਬੈਨ ਵੀ ਕਰਤਾ ਅਸਲੇ ਵਾਲੇ ਗੀਤਾਂ ਤੇ, ਚਿੱਟੇ ਦੀ ਬੜੀ ਵੱਡੀ ਮਾਰ ਜਿਹੜੀ ਹੈਗੀ ਹੈ, ਮੰਨਦੇ ਹੋ ਤੁਸੀਂ? ਇੱਕ ਬਖਤੌਰ ਸਿੰਘ ਦੇ ਕਰਦੇ ਨੀ ਇਹ, ਕਰ ਕਰ ਦੀ ਗੱਲ ਬਿਲਕੁਲ। ਬਹੁਤ ਸਾਰੇ ਲੋਕ ਜਿਹੜੇ ਆ ਬਹੁਤ ਦੁਖੀ ਨੇ। ਸਾਡੇ ਕੋਲ ਮਿਊਜ਼ਿਕ ਦੀ ਅਕੈਡਮੀ ਬਣਾਈ ਹੋਈ ਹੈ, ਬੱਚੇ ਸਿੱਖਣ ਆ ਜਾਂਦੇ ਆ, ਛੋਟੇ ਬੱਚੇ ਵੀ ਆ ਜਾਂਦੇ ਆ, ਮਚੋਰ ਵੀ ਆ ਜਾਂਦੇ ਆ। ਤੇ ਮੈਂ ਕਿਸੇ ਵੱਡੇ ਕਲਾਕਾਰ ਦਾ ਨਾਮ ਲੈ ਕੇ ਆਪ ਮਤਲਬ ਵੱਡਾ ਨਹੀਂ ਹੋਣਾ ਚਾਹੁੰਦਾ, ਫਲਾਣਾ ਪਤਾ ਪਤਾ ਜੀ, ਮੈਂ ਤੁਹਾਨੂੰ ਅੱਗੇ ਵੀ ਦੱਸਿਆ ਨਾ ਚੰਦ ਸਾਹਿਬ, ਗੀਤ ਉਹਨੂੰ ਜ਼ਰੂਰ ਚੰਗਾ ਲੱਗਦਾ ਜਿਹਨਾਂ ਦੀ ਜ਼ਿੰਦਗੀ ਬੜੀ ਸਮੂਥਲੀ ਚੱਲ ਰਹੀ ਹੈ, ਜਿਹਨਾਂ ਮੀਆਂ ਬੀਵੀ 'ਚ ਪਿਆਰ ਬਹੁਤ ਹੈ, ਜਿਹਨਾਂ ਦੀ ਸੱਤ ਪੰਜ ਚੱਲੀ ਜਾਂਦੀ ਹੈ, ਤੇ ਉਹਨਾਂ ਨੂੰ ਦੱਸੀ ਪੰਜਾਬੀ ਸੰਗੀਤ ਦੀ ਗੱਲ ਕਰਦੇ ਹਾਂ। ਪੰਜਾਬੀ ਸੰਗੀਤ ਜਗਤ ਵਿੱਚ ਇੱਕ ਅਜਿਹੀ ਜੋੜੀ ਹੈ ਜਿਹੜੀ ਸਰੀਲਾ ਗਾਉਂਦੀ ਆ, ਦੋਨੋਂ ਮੀਆਂ ਬੀਬੀ ਆ। ਲਗਭਗ ਉਹਨਾਂ ਦੇ ਗਾਏ ਹੋਏ ਗੀਤ ਲੋਕਾਂ ਨੂੰ ਪੂਰਾ ਮਜ਼ਾ ਆਉਂਦਾ, ਤੇ ਅਜਿਹੇ 뮤직 ਦੇ ਵਿੱਚ ਗਾਉਂਦੇ ਆ ਜਿਹੜਾ ਪੁਰਾਣਾ 뮤직 ਦੀ ਗੱਲ ਕਰਦੇ ਆ, ਤੇ ਅੱਜ ਜਿਹੜੀ ਨਵੀਂ ਗਾਇਕੀ ਦੇ ਵਿੱਚ ਵੀ ਪੂਰੇ ਟਿਕਵੇ ਆ। ਅੱਜ ਹੁਣੇ ਹੀ ਜਿਹੜਾ ਕੁਛ ਦਿਨਾਂ ਪਹਿਲਾਂ ਉਹਨਾਂ ਦਾ ਇੱਕ ਗੀਤ ਆ ਕੇ ਗਿਆ, ਪੂਰਾ ਫੇਮਸ ਹੈ। ਅੱਜ ਉਹ ਜੋੜੀ ਸਾਡੇ ਨਾਲ ਹੈ, ਤੇ ਕਾਫੀ ਗੀਤ ਜਿਹੜੇ ਆ ਸੋਸ਼ਲ ਮੀਡੀਆ ਤੇ ਉਹਨਾਂ ਦੇ ਵਾਇਰਲ ਵੀ ਹੁੰਦੇ ਰਹਿੰਦੇ ਆ। ਮੈਂ ਗੱਲ ਕਰ ਰਿਹਾ ਕੁਲਵਿੰਦਰ ਕਵਲ ਹੋਰਾਂ ਦੀ ਤੇ ਸਪਨਾ ਕਵਲ ਹੋਰਾਂ ਦੀ, ਅੱਜ ਸਾਡੇ ਨਾਲ ਨੇ, ਗੱਲਬਾਤ ਕਰ ਲੈਂਦੇ ਬਾਈ ਜੀ। ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਬਾਈ ਜੀ, ਪਰਿਵਾਰ ਦੇ ਵਿੱਚ ਬੈਠੇ ਹੈਗੇ ਆ ਤਾਂ ਜਿੰਨਾ ਤੁਸੀਂ ਅੱਜ ਤੱਕ ਗਾਇਆ ਪਰਿਵਾਰਿਕ ਗਾਇਆ, ਸਭ ਤੋਂ ਵੱਡੀ ਗੱਲ ਇਹ ਹੈ। ਦੂਸਰੇ ਪਾਸੇ ਗੱਲ ਕਰ ਰਹੇ ਆ, ਪਰਿਵਾਰ ਦੇ ਵਿੱਚ ਗਾਉਣ ਵਾਲੇ ਗੀਤ ਅੱਜ ਲੋਕਾਂ ਦੀ ਜ਼ਬਾਨ ਤੇ ਨੇ, ਸ਼ੁਰੂਆਤ ਕਿੱਥੋਂ ਕਰਨੀ ਹੈਗੀ ਹੈ? ਤੇ ਭੈਣ ਜੀ ਸਾਹਿਬ ਤੁਸੀਂ ਸਟਾਰਟ ਕਰ ਲੈਂਦੇ ਜੀ, ਕਿਵੇਂ ਆ ਜੀ ਪਰਿਵਾਰ ਦੇ ਵਿੱਚ ਮਾਹੌਲ ਸਾਰਾ? ਲੰਬਾ ਸਮਾਂ ਹੋ ਗਿਆ ਇਸ ਗਾਇਕੀ ਦੇ ਵਿੱਚ, ਅੱਜ ਦੀ ਗਾਇਕੀ ਤੇ ਉਸ ਸਮੇਂ ਦੀ ਗਾਇਕੀ ਦੇ ਵਿੱਚ, ਤੂੰਬੀ ਦੀ ਗਾਇਕੀ ਸੀ, ਤਬਲੇ ਦੀ ਗਾਇਕੀ ਸੀ, ਹਾਰਮੋਨੀਅਮ ਸੀ, ਅੱਜ ਕੱਲ੍ਹ ਬੜੇ ਬੜੇ ਸਾਜ਼, ਕਹਿੰਦੇ ਆਵਾਜ਼ ਸਮਝ ਨਹੀਂ ਆਉਂਦੀ, ਸਾਜ਼ ਹੀ ਸਮਝ ਆਉਂਦੇ, ਪਰ ਆਪਾਂ ਆਵਾਜ਼ ਸੁਣਾਉਣੀ ਹੈ, ਉਹੀ ਆਵਾਜ਼ ਜਿਹੜੀ ਆਪਾਂ ਲੋਕਾਂ ਨੂੰ ਪਿਛਲੇ ਕਈ ਅਰਸੇ ਤੋਂ ਸੁਣਾ ਰਹੇ, ਕਿੱਥੋਂ ਸਟਾਰਟਿੰਗ ਕਰਾਂਗੇ? ਬਾਜੀ ਗੱਲ ਇਹ ਹੈ, ਬਾਬਾ ਫਰੀਦ ਜੀ ਦੀ ਧਰਤੀ ਤੇ ਬੈਠੇ ਆ, ਧਾਰਮਿਕ ਤੋਂ ਹੀ ਸਟਾਰਟ ਕਰਾਂਗੇ ਆਪਾਂ, ਤੇ ਉਸ ਤੋਂ ਬਾਅਦ ਤਾਂ ਪਤਾ ਹੀ ਹੈ ਬੜੀ ਲੰਬੀ ਉਹ ਹੈ, ਬੜੀਆਂ ਟੇਪਾਂ ਆਈਆਂ, ਬੜੇ ਗੀਤ ਰਿਕਾਰਡ ਹੋਏ, ਸਾਰੇ ਚੱਲਣਗੇ ਅੱਜ, ਤੇ ਆਪਾਂ ਗੱਲ ਇਹ ਕਰ ਲੈਂਦੇ ਹਾਂ ਉਸਤਾਦ ਜੀ ਦੀ ਗੱਲ ਕਰ ਲੈਂਦੇ ਹਾਂ, ਮੁਹੰਮਦ ਸਦੀਕ ਹੋਣਾਂ ਦੇ ਕੋਈ ਕਿਸੇ ਗੀਤ ਤੋਂ ਵੀ ਸਟਾਰਟ ਕਰ ਸਕਦੇ। ਠੀਕ ਹੈ, ਜੇ ਤੁਸੀਂ ਬਾਬਾ ਫਰੀਦ ਜੀ ਦਾ ਕਿਹਾ ਤਾਂ ਫਿਰ ਬਾਬਾ ਫਰੀਦ ਜੀ ਦੇ ਸ਼ਲੋਕ ਹੀ ਕਰੋ। ਹਾਂ, ਤਿੰਨ ਸਾਹਿਬ ਪਹਿਲਾਂ ਤਾਂ ਤੁਹਾਡਾ ਸਾਡੇ ਗਰੀਬ ਖਾਨੇ ਪਹੁੰਚਣ 'ਤੇ ਬਹੁਤ ਬਹੁਤ ਧੰਨਵਾਦ। ਤੁਹਾਡਾ ਗੁਰੂ ਹਰ ਸਾਹਿਬ ਲਾਈਵ ਚੈਨਲ ਜਿਹੜਾ ਇਹ ਬਹੁਤ ਮਕਬੂਲ ਆ, ਲੋਕ ਬਹੁਤ ਪਸੰਦ ਕਰਦੇ ਆ, ਇਹ ਸਾਡਾ ਧੰਨ ਭਾਗ ਹੈ ਵੀ ਤੁਸੀਂ ਸਾਡੇ ਗ੍ਰਹਿ ਵਿੱਚ ਆਏ ਹਾਂ ਅਤੇ ਸਾਡੀ ਇੰਟਰਵਿਊ ਕਰਦੇ ਹੋ, ਲੋਕਾਂ ਦੇ ਰੂਬਰੂ ਕਰਦੇ ਹੋ, ਤੁਹਾਡਾ ਬਹੁਤ ਧੰਨਵਾਦ। ਹੁਣ ਅਸੀਂ ਜਿਵੇਂ ਤੁਸੀਂ ਆਖਿਆ ਵੀ ਪ੍ਰੋਗਰਾਮ ਦੀ ਸ਼ੁਰੂਆਤ ਬਾਬਾ ਫਰੀਦ ਜੀ ਦੀ ਨਗਰੀ ਫਰੀਦਕੋਟ ਵਿਖੇ ਬੈਠੇ ਹਾਂ ਜੀ, ਬਾਬਾ ਜੀ ਦੇ ਸ਼ਲੋਕ ਉਹਨਾਂ ਤੋਂ ਸ਼ੁਰੂ ਕਰਦੇ ਹਾਂ, ਫਿਰ ਅਗਲੀ ਗੱਲ ਫਿਰ ਆਉਂਦੇ ਜੀ। ਆਹ
ਸਦੀਕ ਸਾਹਿਬ ਦੇ ਵੀ ਗੀਤ ਜਿਹੜੇ ਹੈਗੇ ਆ ਤੁਸੀਂ ਉਸਤਾਦ ਵੀ ਮੰਨਦੇ ਹੋ ਉਸਤਾਦ ਵੀ ਜਿਹੜੀ ਹੈਗੀ ਬਕਾਇਦਾ ਸਿੱਖਿਆ ਸੇਵਾ ਕੀਤੀ ਉਹਨਾਂ ਦੇ ਨਾਲ ਰਹੇ ਹਾਂ ਸਾਡੇ ਉਸਤਾਦ ਜੀ ਨੇ ਕੋਸ਼ਿਸ਼ ਕਰਦੇ ਹਾਂ ਅਸੀਂ ਜੋ ਉਹਨਾਂ ਤੋਂ ਸਿੱਖਿਆ ਉਹ ਲੋਕਾਂ ਤੱਕ ਪਹੁੰਚਾਇਆ ਜਾਵੇ ਅੱਛਾ ਭਾਜੀ ਗੱਲ ਇਹ ਕਰ ਲੈਂਦੇ ਹਾਂ ਸਟੱਡੀ ਕੀਤੀ ਉਸ ਤੋਂ ਬਾਅਦ ਕਾਲਜ ਗਏ ਇੱਕ ਕਹਾਣੀ ਜੁੜੀ ਹੋਈ ਹੈ ਵਿੱਚ ਕੁਲਵਿੰਦਰ ਕੰਵਲ ਦੇ ਸਫ਼ਰ ਦਾ ਕੰਵਲ ਅੱਜ ਆਪਾਂ ਦਰਸ਼ਕਾਂ ਨਾਲ ਉਹ ਵੀ ਸਾਂਝੀ ਕਰਨੀ ਹੈਗੀ ਹੈ ਜਿਹੜੀ ਜੋੜੀ ਬਣੀ ਹੈ ਕਾਲਜ ਟਾਈਮ ਤੋਂ ਬਣ ਗਈ ਸੀ ਤੇ ਜਾ ਬਾਅਦ ਇਕੱਠੇ ਹੋਏ ਕਿਵੇਂ ਹੋਇਆ ਪਰਿਵਾਰਿਕ ਰਿਸ਼ਤਾ ਕਿਵੇਂ ਹੋਇਆ ਪੂਰੀ ਜਿਹੜੀ ਆਪਾਂ ਖੁੱਲ੍ਹ ਕੇ ਗੱਲ ਕਰਨੀ ਹੈ ਇਸ ਵਿੱਚ ਤੇ ਕਾਲਜ ਟਾਈਮ ਤਾਂ ਸਾਡੀ ਕੋਈ ਜਾਣ ਪਛਾਣ ਨਹੀਂ ਸੀ ਮੈਂ ਫਰੀਦਕੋਟ ਪੜ੍ਹਿਆ ਇਹ ਮੋਗੇ ਪੜ੍ਹੇ ਆ ਇਹ ਮੇਰੇ ਹੈ ਵੀ ਪਿੱਛੇ ਸੀ ਪੜ੍ਹਾਈ ਅਸੀਂ ਤਕਰੀਬਨ ਕੰਪਲੀਟ ਕਰ ਲਈ ਸੀ ਤੇ ਮੈਂ ਪ੍ਰੋਫੈਸ਼ਨਲ ਸਿੰਗਰ ਸੀਗਾ ਇਹ ਸ਼ੌਕੇ ਗਾਉਂਦੇ ਸੀ ਤੇ ਸਾਨੂੰ ਰਿਕਾਰਡਿੰਗ ਵਾਸਤੇ ਇੱਕ ਫੀਮੇਲ ਸਿੰਗਰ ਦੀ ਲੋੜ ਸੀ ਕਿਸੇ ਬੰਦੇ ਰਾਹੀਂ ਸਾਡੀ ਜਾਣ ਪਛਾਣ ਹੋਈ ਤੇ ਚਲੋ ਫਿਰ ਉਸ ਤੋਂ ਬਾਅਦ ਸਾਡੀ ਰਿਸ਼ਤੇਦਾਰੀ ਨਿਕਲੇ ਫਿਰ ਸਾਡੀ ਰਿਸ਼ਤੇਦਾਰੀ ਪੱਕੀ ਬਣ ਗਈ ਜੋ ਹੁਣ ਤਾਂ ਚੱਲੀ ਜਾਂਦਾ ਜਿਹੜੀ ਪੱਕੀ ਰਿਸ਼ਤੇਦਾਰੀ ਬਣੀ ਹੈ ਹਾਂਜੀ ਹਾਂਜੀ ਤੇ ਉਹ ਰਿਸ਼ਤੇਦਾਰੀ ਇਹੋ ਜਿਹੀ ਬਣ ਗਈ ਤੇ ਸਵੇਰੇ ਜਦੋਂ ਘਰ ਚ ਸੁਬਹ ਉੱਠਦੇ ਹੈਗੇ ਹਨਾ ਤੇ ਸੁਰਾਂ ਚ ਗੱਲ ਚੱਲਦੀ ਹੋ ਗਈ ਤੇ ਬਾਈ ਜੀ ਬਹੁਤ ਖਾੜੇ ਵੀ ਤੁਹਾਡੇ ਲੱਗਦੇ ਰਹੇ ਆ ਅੱਜ ਵੀ ਲੱਗਦੇ ਆ ਅੱਜ ਵੀ ਲੋਕ ਤੁਹਾਨੂੰ ਪਸੰਦ ਕਰਦੇ ਆ ਜਿਹਨਾਂ ਲੋਕਾਂ ਨੇ ਤੁਹਾਨੂੰ ਸੁਣਨਾ ਹੈ ਉਹ ਇਸੇ ਜੋੜੀ ਨੂੰ ਹੀ ਸੁਣਨਾ ਹੈਗਾ ਕਾਫੀ ਗੀਤ ਜਿਹੜੇ ਤੁਹਾਡੇ ਦੂਰਦਰਸ਼ਨ ਤੇ ਵੀ ਆਉਂਦੇ ਰਹੇ ਲਿਸ਼ਕਾਰਾ ਪ੍ਰੋਗਰਾਮ ਦੇ ਜਾਂਦੇ ਸਟਾਰ ਨਾਈਟ ਪ੍ਰੋਗਰਾਮ ਚੱਲਦੇ ਸੀ ਤੇ ਲੋਕ ਇਹ ਵੀ ਕਹਿੰਦੇ ਸੀ ਕਹਿੰਦੇ ਅੱਜ ਉਸ ਜੋੜੀ ਨੇ ਗਾਣਾ ਤੇ ਉਹ ਜਿਹੜੇ ਗੀਤ ਹੈਗੇ ਆ ਤੁਹਾਡੇ ਪੁਰਾਣੇ ਕਾਫੀ ਗੀਤ ਹੈਗੇ ਕੋਈ ਜਿੱਦਾਂ ਆਪਾਂ ਹੁਣ ਨਵਾਂ ਗੀਤ ਜਿਹੜਾ ਤੁਸੀਂ ਇੱਕ ਕਰਾ ਕੇ ਹਟੇ ਹੋ ਵਰੇਗੰਢ 2 ਤੇ ਵਰੇਗੰਢ 1 ਦੀ ਗੱਲ ਕਰ ਲੈਂਦੇ ਹਾਂ ਤਾਂ ਇੱਕ ਵੀਡੀਓ ਜਿਹੜਾ ਤੁਹਾਡਾ ਵਾਇਰਲ ਹੋਇਆ ਸੀ ਸੋਸ਼ਲ ਮੀਡੀਆ ਤੇ ਉਸ ਵੀਡੀਓ ਨੇ ਧੱਕ ਪਾ ਦਿੱਤੀ ਸੀ ਪੰਜਾਬੀ ਦੀ ਗੱਲ ਧੱਕ ਪਾ ਦਿੱਤੀ ਵੀ ਲੋਕ ਰਾਤੋਂ ਰਾਤ ਕੁਲਵਿੰਦਰ ਕੰਵਲ ਇਹ ਕੌਣ ਨੇ ਲੋਕ ਇਹ ਪੁੱਛਣ ਲੱਗ ਗਏ ਪਰ ਜਿਹਨਾਂ ਲੋਕਾਂ ਨੂੰ ਪਤਾ ਸੀ ਕਹਿੰਦੇ ਕੁਲਵਿੰਦਰ ਕੰਵਲ ਵਰਗੀ ਭਾਜੀ ਹੋ ਰਹੀ ਨੇ ਫਰੀਦਕੋਟ ਵਾਲੇ ਨੇ ਉਹ ਜੋੜੀ ਹੈ ਉਹ ਪਰਿਵਾਰ ਹੈ ਵਰੇਗੰਢ ਜਿਹੜਾ ਗੀਤ ਹੈਗਾ ਆਪਣਾ ਪਹਿਲਾ ਗੀਤ ਜਿਹੜੀ ਵੀਡੀਓ ਵਾਇਰਲ ਹੋਈ ਸੀ ਸੋਸ਼ਲ ਮੀਡੀਆ ਉੱਥੋਂ ਸਟਾਰਟਿੰਗ ਕਰਦੇ ਹਾਂ ਤੇ ਫਿਰ 2 ਤੇ ਵੀ ਆਵਾਂਗੇ ਆਪਾਂ ਠੀਕ ਹੈ ਹਾਂਜੀ ਦੋਨੋਂ ਨੈਣ ਤੇਰੇ ਦੋਨੋਂ ਨੈਣ ਮੇਰੇ ਆਪਸ ਵਿੱਚ ਦੀਓ ਚਾਰ ਯਾਰ ਬਣ ਗਏ ਅਟਪਣ ਸਾਰਿਆਂ ਦੀ ਮੇਰੇ ਨੈਣ ਦੋਵੇਂ ਖਰੀਦਾਰ ਬਣ ਗਏ ਆਹੀ ਸੀ ਕਿ ਦਿਨ ਬਸ ਮੱਠੀ ਮੱਠੀ ਠੰਡ ਆਪਣੇ ਵਿਆਹ ਦੀ
झूठे जिन्नी हुंदी सीगी जान जट्टीए साण जिन्नी हुंदी सीगी जान जट्टीए मॉडल बिशक ही पुराना हो गया जट पर अज भी जवान जट्टीए मॉडल बिशक ही पुराना हो गया जट पर अज भी जवान जट्टीए याद कर जो तो साडी पहली मुलाकात सी संगच गुरुचो प्यार भरी रात सी बैठक पुरानी जेड़े साल नवी पाई सी नी चेता मैनू उसे साल साडी कुड़माई सी बैठक पुरानी जेड़े साल नवी पाई सी नी चेता मैनू उसे साल साडी कुड़माई सी जिते रखे आसी राज दा समान जट्टीए जिते रखे आसी राज दा समान जट्टीए साडे बेशक ही पुराना हो गया जट पर अज भी जवान जट्टीए मॉडल बेशक बिलकुल जी ए गीत सुन के हरेक बंदा इन गीत सुनता है जेड़ा व्याह है ओ बैठा मेरे व्याह नूं किन्ने साल हो गए ते गल ए हैगी हुण हुण बालां दी गल आ गई है बच्चियां दी गल करदे आ ते बच्चे किन्ने बच्चे आ दो बेटियां जी दो बेटियां ते शौक है उनां नूं गाण दा हां जी ओ वी गा लैंदे अच्छे गा लैंदे उनां दा बल्कि साडा नाम चंगा नाम है इस कम दे विच नहीं जी तुहाडा बहुत वड्डा नाम है ते गल ए साल दी गल आंदी हैगी आ किन्ने साल हो गए जी तुहाडी बारे गल बिलकुल जी ए जिहड़ा गीत ना ए गीत इक ए नहीं है वी गीत नूं आपां देख लैंदे आं इहदे विच पुरानियां जिहड़ियां गल्लां ने ਪੁਰਾਣੇ ਪੁਰਾਣੇ ਪ੍ਰਾਂਤ ਦੀ ਗੱਲ ਕਰ ਲੈਂਦੇ ਲੋਕ ਨਾ ਜਨਮ ਦਿਨ ਹੀ ਲਿਖਦੇ ਸੀ ਕਿਸੇ ਦਾ ਹਾਂਜੀ ਹਾਂਜੀ ਤੇ ਉਦੋਂ ਲੋਕ ਕਹਿੰਦੇ ਸੀ ਆਹ ਕੰਮ ਉਦੋਂ ਕੀਤਾ ਸੀ ਜਦੋਂ ਫਲਾਣੇ ਘਰ ਮੁੰਡਾ ਜੰਮਿਆ ਸੀ ਤੇ ਕਹਿੰਦੇ ਹੁਣ ਕਿਵੇਂ ਗੀਤ ਦੇ ਬੋਲ ਹੀ ਨੇ ਜਦੋਂ ਬੈਠਕ ਨਵੀਂ ਪਾਈ ਸੀ ਹਨਾ ਉਹ ਛਾਣੀ ਬੈਠਕ ਕਦੋਂ ਪਾਈ ਸੀ ਕਹਿੰਦੇ ਫਲਾਣੇ ਦਾ ਬੁੱਢਾ ਮਰਿਆ ਸੀ ਬਿਲਕੁਲ ਏਦਾਂ ਹੀ ਕਰੇ ਇਹ ਗੁਰਵਿੰਦਰ ਬਰਾੜ ਦਾ ਲਿਖਿਆ ਸਾਡੇ ਮਿੱਤਰ ਨੇ ਉਹ ਹਾਂ ਤੇ ਉਹ ਪਿੰਡੂ ਠੇਠ ਬਿਲਕੁਲ ਠੇਠ ਪਿੰਡੂ ਲਿਖਿਆ ਤੇ ਜਿਹੜੇ ਇਹ ਗੀਤ ਦੇਖੋ ਗਾਏ ਨੂੰ ਕਿੰਨਾ ਸਮਾਂ ਹੋ ਗਿਆ ਅੱਜ ਵੀ ਇਹ ਨਵਾਂ ਹੈ ਤੇ ਇਹ ਨਵਾਂ ਰਹੂਗਾ ਇਹ ਨਵਾਂ ਹੈ ਸੁਖੀ ਸੰਧੀ ਜ਼ਿੰਦਗੀ ਚੱਲਦੀ ਹੈ ਨਾ ਮੀਆਂ ਬੀਵੀ ਦੀ ਉਹਨਾਂ ਨੂੰ ਜ਼ਰੂਰ ਚੰਗਾ ਲੱਗਦਾ ਤੇ ਆਪਾਂ ਵਿਆਹ ਸ਼ਾਦੀਆਂ ਦਾ ਦੇਖ ਲੈਂਦੇ ਆ ਆਮ ਬੀਜੇ ਤੇ ਵੱਜਦਾ ਗੀਤ ਜਦੋਂ ਪਰਿਵਾਰ ਨੱਚਦੇ ਆ ਤੇ ਉਹਾਂ ਦੇ ਆ ਜਾਓ ਫਿਰ ਤੇ ਉਦੋਂ ਤਾਂ ਫਿਰ ਇਹੀ ਚੱਲਦਾ ਬਿਲਕੁਲ ਤੇ ਉਦੋਂ ਮੇਰੇ ਵਰਗਾ ਵੀ ਆਉਂਦਾ ਕੋਈ ਨਹੀਂ ਛੋਟਾ ਜਿਹੀ ਹੁੰਦੀ ਸੀ ਜਾਨ ਲੱਟੀਏ ਤੇ ਗੱਲ ਇਹ ਕਰ ਲੈਂਦੇ ਹੁਣ ਵਰੇਗੰਡ 2 ਵੀ ਆ ਗਿਆ ਆਪਣਾ ਹਾਂਜੀ ਵਰੇਗੰਡ 2 ਵੀ ਚਰਚਾ ਚ ਹੈ ਪੂਰਾ ਜੀ ਉਹਦੇ ਸਮੇਂ ਚ ਹੋਰ ਗੀਤ ਵੀ ਆਏ ਹੈ ਨਾ ਇਹ ਤਾਂ ਹੁਣ ਆਇਆ ਵਰੇਗੰਡ 2 ਨਹੀਂ ਉਹ ਤਾਂ ਵਰੇਗੰਡ 2 ਤਾਂ ਹੁਣ ਆ ਗਿਆ ਨਾ ਹਾਂਜੀ ਹਾਂਜੀ ਪਰ ਉਸ ਤੋਂ ਬਾਅਦ ਦੀ ਗੱਲ ਕਰਦੇ ਪਹਿਲਾਂ ਆਪਾਂ ਪਿਛੋਕੜ ਜਾਵਾਂਗੇ ਨਵੇਂ ਤੇ ਫੇਰ ਆਵਾਂਗੇ ਪੁਰਾਣੇ ਜਿਹੜੇ ਗੀਤ ਹੈਗੇ ਆ ਉਹ ਰੰਗ ਚਿੱਟਾ ਹੋ ਗਿਆ ਕਿਹੜਾ ਸੀ ਤੁਹਾਡਾ ਤੇਰੇ ਗਮਾਂ ਦੇ ਮਾਰੇ ਪੀਲਾ ਪੈ ਗਿਆ ਲੋਕੀ ਕਹਿੰਦੇ ਗੋਰੀ ਹੋ ਗਈ ਲੋਕੀ ਕਹਿੰਦੇ ਗੋਰੀ ਹੋ ਗਈ ਤੇ ਅੱਜ ਕੱਲ ਲੋਕ ਫੇਰ ਲਵੀ ਲਾ ਕੇ ਗੋਰੀ ਹੋ ਜਾਂਦੇ ਪਰ ਕੁਦਰਤੀ ਰੰਗ ਤੇ ਕੁਦਰਤੀ ਆਵਾਜ਼ ਤੇ ਕੁਦਰਤੀ ਇੱਥੇ ਆਪਣੇ ਕੋਲ ਸਾਰਾ ਖਜ਼ਾਨਾ ਜਿਹੜਾ ਹੈ ਉਹ ਹੈਗਾ ਇੱਥੇ ਨਾ ਤਾਂ ਵੱਡੇ ਵੱਡੇ ਡਰਮ ਸੈੱਟ ਵੱਜ ਰਹੇ ਪਿੱਛੇ ਨਾ ਕੁਝ ਵੱਜ ਰਿਹਾ ਇਸੇ ਕਰਕੇ ਲੋਕ ਤੁਹਾਡੇ ਨਾਲ ਜੁੜੇ ਹੋਏ ਆ ਲੋਕ ਅੱਜ ਵੀ ਜਿਹੜੀ ਤੁਹਾਡੀਆਂ ਸਟੇਜਾਂ ਵਗੈਰਾ ਜਿਹੜੀ ਹੈਗੀਆਂ ਲੋਕਾਂ ਦੇ ਵਿੱਚ ਮਕਬੂਲ ਹੋ ਲੋਕਾਂ ਦੇ ਵਿੱਚ ਜਾਂਦੇ ਹੋ ਤੇ ਉਹ ਜਿਹੜਾ ਗਾਣਾ ਹੈਗਾ ਕਿਉਂਕਿ ਕਾਫੀ ਲੋਕ ਅੱਜ ਕੱਲ ਨਾ ਜਿੰਨੇ ਬਜ਼ੁਰਗ ਹੈਗੇ ਆ ਮੈਨੂੰ ਬਹੁਤ ਫੋਨ ਆਉਂਦੇ ਕਹਿੰਦੇ ਥਿੰਸ ਸਾਹਿਬ ਤੁਹਾਡੇ ਉਹ ਵੀਡੀਓ ਦੇਖੀ ਸੀ ਤੇ ਇਹ ਗਾਣਾ ਜਿਹੜਾ ਗਾਇਆ ਪੁਰਾਣੇ ਜਿਹੜੇ ਲੋਕ ਹੈਗੇ ਆ ਹਰੇਕ ਬੰਦਾ ਇਹਨੂੰ ਛੋਟੇ ਤੋਂ ਲੈ ਕੇ ਵੱਡੇ ਤੱਕ ਤੇ ਭਾਜੀ ਇੱਕ ਗੱਲ ਹੋਰ ਕਹਿ ਰਿਹਾ
ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਇਟਲੀ, ਜਪਾਨ, ਪਾਕਿਸਤਾਨ। ਪਾਕਿਸਤਾਨ ਵਿੱਚ ਵੀ ਗੁਰੂ ਸਾਹਿਬ ਲਾਈਵ ਦੇ ਕਾਫੀ ਫੰਡ ਹੋਣ, ਆਪਾਂ ਉਹ ਵੀ ਗੱਲਬਾਤ ਕਰਾਂਗੇ। ਪਰ ਇੱਕ ਵਾਰੀ ਆ ਜਿਹੜਾ ਮੈਂ ਤੁਹਾਨੂੰ ਦੱਸਿਆ ਆ ਇਹ ਨਾ ਥਿੰਦ ਸਾਹਿਬ। ਅੱਛਾ, ਕਹਾਣੀ ਕੀ ਹੈ ਇਹਦੇ ਵਿੱਚ? ਕਹਾਣੀ ਤਾਂ ਇਹ ਮੇਰੇ ਮਿੱਤਰ ਨੇ ਜੀ ਪ੍ਰੀਤ ਕਾਲਚਰਾਣੀ, ਬਹੁਤ ਅੱਛੇ ਗੀਤਕਾਰ ਨੇ, ਬਹੁਤ ਵੱਡੇ ਵੱਡੇ ਆਰਟਿਸਟਾਂ ਨੇ ਉਹਨਾਂ ਦੇ ਗੀਤ ਰਿਕਾਰਡ ਕਰਾਏ ਆ। ਮੈਨੂੰ ਇਸ ਚੀਜ਼ ਦਾ ਮਾਣ ਆ ਵੀ ਸਭ ਤੋਂ ਜ਼ਿਆਦਾ ਗੀਤ ਉਹਨਾਂ ਦੇ ਮੈਂ ਰਿਕਾਰਡ ਕਰਵਾਏ ਆ। ਤਕਰੀਬਨ 65 ਦੇ ਕਰੀਬ ਉਹਨਾਂ ਦੇ ਗੀਤ ਮੈਂ ਰਿਕਾਰਡ ਕਰਵਾਏ। ਮੈਨੂੰ ਲੱਗਦਾ ਪਹਿਲਾ ਗੀਤ ਵੀ ਆਪਾਂ ਹੀ ਕਰਾਇਆ ਸੀ ਉਹਨਾਂ ਦਾ। ਹਰਮਨ ਪਿਆਰਾ ਹੋ ਗਿਆ। ਇੱਕ ਵਾਰ ਸਟੇਜ ਦੇ ਉੱਤੇ ਅਸੀਂ ਮਤਲਬ ਇਹ ਗਾਣਾ ਗਾਉਣ ਲੱਗੇ, ਵਿਦੇਸ਼ੀ ਸੀ ਮੁੰਡਾ ਜਿਨ੍ਹਾਂ ਦਾ ਵਿਆਹ ਸੀਗਾ, ਮੁੰਡਿਆਂ ਤੇ ਕੁੜੀ ਵਾਲਾ ਪਰਿਵਾਰ ਦੋਵੇਂ ਮਤਲਬ ਉੱਥੇ ਇਕੱਠੇ ਹੋਏ। ਮੈਂ ਇੱਕ ਵਾਰੀ ਗੀਤ ਗਾਇਆ, ਦੋ ਵਾਰੀ ਗਾਇਆ, ਤਿੰਨ ਵਾਰੀ ਗਾਇਆ। ਉਧਰੋਂ ਕੁੜੀ ਦੀਆਂ ਸਹੇਲੀਆਂ ਸੀਗੀਆਂ, 10-12 ਉਹ ਸੀਗੀਆਂ, ਉਧਰੋਂ ਮੁੰਡੇ ਦੇ ਪਰਿਵਾਰ ਵਿੱਚ ਉਹਦੀਆਂ ਭੈਣਾਂ, ਉਹਨਾਂ ਦੀਆਂ ਉਹਦੀਆਂ ਕਜ਼ਨ, ਉਹ ਸਾਰੇ ਸੀ। ਉਹ ਕੁੜੀਆਂ ਨੇ ਜ਼ਿਆਦਾ ਪਸੰਦ ਕੀਤਾ, ਭਾਜੀ ਇੱਕ ਵਾਰੀ ਉਹ ਪੈਸੇ ਸਿੱਟੀ ਜਾਂ ਪੈਸੇ ਸਿੱਟੀ ਜਾਂ ਭਾਜੀ ਇੱਕ ਵਾਰੀ ਉਹ। ਮੈਂ ਖਾਲਾ ਇੱਕ ਗੀਤ ਲੱਗ ਗਿਆ, 12 ਵਾਰੀ ਇੱਕ ਗੀਤ ਗਾਇਆ, 12 ਵਾਰ। ਹਾਂ, ਉਹ ਗਾਇਆ ਸੀ ਥੋੜ੍ਹਾ ਜਿਹਾ ਉੱਚੀ ਪਿੱਚ ਤੇ, ਅਤੇ 6ਵੀਂ 7ਵੀਂ ਵਾਰ ਤੋਂ ਬਾਅਦ ਫਿਰ ਜ਼ੋਰ ਲੱਗਣ ਲੱਗ ਜਾਂਦਾ, ਫਿਰ ਪਤਾ ਨਹੀਂ ਲੱਗਦਾ ਵੀ ਕੋਰਸ ਵਾਲੇ ਗਾਉਂਦੇ ਕਿ ਮੈਂ ਗਾਉਂਦਾ। ਅੱਜ ਕੱਲ੍ਹ ਦੇ ਕਲਾਕਾਰ 12 ਗੀਤ ਪੂਰੇ ਅਖਾੜੇ ਦੇ ਨਹੀਂ ਗਾਉਂਦੇ। ਹਾਂਜੀ ਹਾਂ, ਘੰਟਾ ਡੇਢ ਵੇਖ ਕੇ ਚੜ੍ਹਦੇ ਆ ਸਟੇਜ ਤੇ। ਬਿਲਕੁਲ ਬਿਲਕੁਲ। ਤੇ ਲੋਕਾਂ ਨੇ ਬੜਾ ਪਸੰਦ ਕੀਤਾ, ਹੁਣ ਸਾਡਾ ਬ੍ਰਾਂਡ ਬਣ ਗਿਆ, ਲੋਕੀ ਜਾਂ ਗੋਰੀ ਹੋ ਗਈ ਜ਼ਿਆਦਾ ਸੁਣਦੇ ਆ, ਤੇ ਜਾਂ ਬਰੇ ਗਾਣੇ ਜ਼ਿਆਦਾ ਸੁਣਦੇ। ਲੋ ਤੁਹਾਨੂੰ ਲੋਕੀ ਕਹਿੰਦੇ ਗੋਰੀ ਹੋ ਗਈ, ਆਪਾਂ ਉਹੀ ਸੁਣਨਾ ਜਿਹੜੇ ਲੋਕੀ ਸੁਣਦੇ। ਹਾਂਜੀ ਹਾਂਜੀ ਹਾਂਜੀ। ਬੇਲੀ ਬੇਲੀ ਹਰ ਕੋਈ ਕਹਿੰਦਾ, ਮੈਂ ਵੀ ਆਖਾਂ ਬੇਲੀ, ਸੱਜਣ ਤੁਰ ਪਰਦੇਸ ਗਏ, ਸਾਡੀ ਸੁਣੀ ਪਈ ਹਵੇਲੀ। ਪਾਕੇ ਪਿਆਰ ਮਾਰੀ ਦਿਲਾਂ ਤੇ ਕਿਉਂ ਠੇਸ ਵੇ, ਕੱਲੀ ਛੱਡ ਕੇ ਗਿਆ ਏ ਪਰਦੇਸ ਵੇ, ਤੇ ਕੱਲੀ ਛੱਡ ਕੇ ਗਿਆ ਏ ਪਰਦੇਸ ਵੇ। ਲੋੜਾ ਪੈ ਗਿਆ ਰਹੀ ਨਾ ਮੇਰੇ ਵਸ ਦੀ ਵੇ, ਹੁਸਨਾਂ ਦੀ ਚੋਰੀ ਹੋ ਗਈ, ਰੰਗ ਤੇਰੇ ਆਗਮਾ ਨੇ ਪੀਲਾ ਪਾਤਾ ਵੇ, ਲੋਕੀ ਕਹਿੰਦੇ ਗੋਰੀ ਹੋ ਗਈ। ਹੈ ਰੰਗ ਤੇਰੇ ਆਗਮਾ ਨੇ ਪੀਲਾ ਪਾਤਾ ਵੇ, ਲੋਕੀ ਕਹਿੰਦੇ ਗੋਰੀ ਹੋ ਗਈ ਵੇ ਮੇਰਿਆ ਮਹਿਰਮਾ। ਗੋਰੇ ਗੋਰੇ ਮੁਖੀੜੇ ਤੋਂ ਰੰਗ ਚੋ ਪੈਂਦਾ ਸੀ, ਫੁੱਲਾਂ ਦੇ ਭੁਲੇਖੇ ਪੌਰ ਬੁੱਲੀਆਂ ਤੇ ਬਹਿੰਦਾ ਸੀ ਵੇ ਬੁੱਲੀਆਂ। ਹੁਣ ਰੰਗ ਨਾ ਰਿਹਾ ਤੇ ਨਾ ਰੂਪ ਵੇ, ਵੇਲਿਆ ਤੇਰਿਆਂ ਵਿਛੋੜਿਆਂ ਨੇ ਚੂਪ ਵੇ, ਲਾਲੀ ਉੱਡ ਗਈ ਅੰਗਾਂ ਦੇ ਵਿੱਚੋਂ ਮੇਰੇ, ਕਾਗਜ਼ੋਂ ਵੀ ਕੋਰੀ ਹੋ ਗਈ, ਰੰਗ ਤੇਰਿਆਂ ਗਮਾਂ ਨੇ ਪੀਲਾ ਪਾਤਾ ਵੇ, ਲੋਕੀ ਕਹਿੰਦੇ ਗੋਰੀ ਹੋ ਗਈ। ਹਾਏ ਰੰਗ ਤੇਰਿਆਂ ਗਮਾਂ ਨੇ ਪੀਲਾ ਪਾਤਾ ਵੇ, ਲੋਕੀ ਕਹਿੰਦੇ ਗੋਰੀ ਹੋ ਗਈ ਵੇ ਦਿਲ ਜਾਣਿਆ। ਗਮਾਂ ਦੀ ਗੱਲ ਹੋਈ ਹੈ ਤੇ ਅੱਜ ਕੱਲ੍ਹ ਲੋਕ ਬੜੀ ਟੈਨਸ਼ਨ ਦੇ ਵਿੱਚ ਫਿਰਦੇ ਆ, ਤੇ ਉਹ ਗੱਲ ਤੇ ਵੀ ਟੁਕਵਾ ਬੈਠਦਾ ਗੀਤ। ਜੇ ਇਸ ਗੱਲ ਆਪਾਂ ਦੇਖਦੇ ਹਾਂ, ਦੇਖੋ ਬੰਦਾ ਗੱਡੀ ਚਲਾ ਰਿਹਾ, ਧਿਆਨ ਕਿੱਥੇ ਆ ਮੋਬਾਈਲ ਦੇ ਉੱਤੇ, ਕੋਈ ਫੋਨ ਆ ਰਿਹਾ, ਕੋਈ ਰੱਖ ਰਿਹਾ, ਹਰੇਕ ਬੰਦਾ ਜਿਹੜਾ ਟੈਨਸ਼ਨਾਂ ਦੇ ਵਿੱਚ ਹੈਗਾ। ਤੇ ਉਸ ਦੀ ਗੱਲ ਇਹ ਵੀ ਉਹ ਤਾਂ ਗਮਾਂ ਦੀ ਮਾਰੀ ਤੇ ਲੋਕ ਕਹਿੰਦੇ ਗੋਰੀ ਹੋ ਗਈ, ਤੇ ਗੋਰੀ ਹੋ ਗਈ ਅੱਜ ਵੀ ਮਕਬੂਲ ਹੈ। ਜਿਹੜਾ ਗੀਤ ਤੁਹਾਡੇ ਕਾਫੀ ਫੇਮਸ ਹੋ ਗਏ, ਜਿਹੜਾ ਤੁਹਾਡੇ ਦਿਲ ਨੂੰ ਤੁਹਾਨੂੰ ਗਾ ਕੇ ਸਕੂਨ ਮਿਲਦਾ, ਦੁਗਾਣਾ,
ਹੁੰਦਾ ਹੈ ਇੱਕ ਅੱਧਾ ਗੀਤ ਹੁੰਦਾ ਜਿਹੜਾ ਦਿਲ ਦੇ ਨੇੜੇ ਹੁੰਦਾ, ਤੁਹਾਡੇ ਵੀ ਹੋਊਗਾ ਪੁੱਤਰ ਵੀ ਹੋਊਗਾ, ਉਹ ਗੀਤ ਜਿਹੜਾ ਗੀਤ ਜਿੱਦਾਂ ਤੁਸੀਂ ਗੋਰੀ ਕਈ ਵਾਰ ਗਾਇਆ ਸਟੇਜ ਤੇ, ਕੋਈ ਅਜਿਹਾ ਗੀਤ ਵੀ ਹੈ ਜਿਹਨੂੰ ਇਦੋਂ ਵੀ ਵੱਧ ਵਾਰ ਗਾਇਆ ਹੋਵੇ ਜਾਂ ਇਦੋਂ ਘੱਟ ਵਾਰ ਗਾਇਆ ਹੋਵੇ ਪਰ ਉਹ ਗਾਇਆ ਹੋਵੇ ਤੁਹਾਨੂੰ ਉਸ ਗੀਤ ਨੂੰ ਗਾਉਣ ਦੇ ਵਿੱਚ ਮਜ਼ਾ ਆਉਂਦਾ ਹੋਵੇ ਤੇ ਲੋਕਾਂ ਸਰੋਤਿਆਂ ਨੂੰ ਸੁਣਨ ਦੇ ਵਿੱਚ ਮਜ਼ਾ ਆਉਂਦਾ ਹੋਵੇ? ਥਿੰਦ ਸਾਹਿਬ ਸਾਡਾ ਇੱਕ ਗੀਤ ਹੈ ਨਾ ਭਾਬੀ ਨਾ, ਉਹਨੂੰ ਵੀ ਲੋਕਾਂ ਨੇ ਬਹੁਤ ਪਿਆਰ ਦਿੱਤਾ ਬਹੁਤ ਮਾਣ ਦਿੱਤਾ। ਅਸੀਂ ਜਿੱਥੇ ਵੀ ਜਾਂਦੇ ਪਹਿਲਾਂ ਸਾਨੂੰ ਸਾਡੇ ਕੋਲ ਲਿਸਟ ਹੁੰਦੀ ਫੜਾਈ ਦੀ ਲੋਕਾਂ ਦੀ ਵੀ ਆਹ ਆਹ ਗੀਤ ਜ਼ਰੂਰ ਸੁਣਾਉਣੇ ਆ। ਦੂਰਦਰਸ਼ਨ ਤੇ ਵੀ ਬੜਾ ਉਹ ਮਕਬੂਲ ਹੋਇਆ, ਉਹ ਗੀਤ ਤੁਹਾਡੇ ਸਾਹਮਣੇ ਪੇਸ਼ ਕਰ ਲਾਂਗੇ। ਭਾਬੀ ਨਾ ਮੈਨੂੰ ਜਾਨੀ ਏ ਸ਼ਿੰਗਾਰੀ ਕੱਪੜੇ ਸਵਾਲ ਦਿਓਰਾ ਖਿੱਚ ਲੈਂਦੀਆਂ ਨੇ ਕਿਹੜੀ ਗੱਲੋਂ ਭਾਬੀ ਮੈਨੂੰ ਜਾਨੀ ਏ ਸ਼ਿੰਗਾਰੀ ਫਿਰ ਮੈਨੂੰ ਕਾਹਦਾ ਪਾ ਦੱਸ ਮੈਨੂੰ ਕਾਹਦਾ ਚਾ ਨਾਲ ਮਿਲ ਜਾਣਾ ਚਾਹੁੰਦੀ ਟੱਕਣਾ ਨਾ ਭਾਬੀ ਨਾ ਨਾ ਭਾਬੀ ਨਾ ਤੁਹਾਡੇ ਨਾਲ ਨੀ ਮਜਾਣਾ ਉੱਥੇ ਵੱਧਦਾ ਸਮਾਨ ਪੈਂਦਾ ਚੱਕਣਾ ਚੱਲ ਦਿਓਰਾ ਚੱਲ ਮੇਰੇ ਨਾਲ ਤੂੰ ਪੇਕੇ ਕਿਹੜਾ ਲੈ ਗਈ ਮੈਨੂੰ ਨਾਲ ਨੀ ਸਾਰਾ ਦਿਨ ਟਾਕਦੇ ਚਕਾਈ ਬੀਰੀ ਵਾਲ ਨੀ ਪਹਿਲਾਂ ਵੀ ਤੂੰ ਪੇਕੇ ਕਿਹੜਾ ਲੈ ਗਈ ਮੈਨੂੰ ਨਾਲ ਨੀ ਸਾਰਾ ਦਿਨ ਟਾਕਦੇ ਚਕਾਈ ਬੀਰੀ ਵਾਲ ਨੀ ਪਰ ਲੀੜਿਆਂ ਦੀ ਵੱਢ ਕੇ ਅਜਖਣਾ ਭਾਬੀ ਇਹ ਤਾਂ ਤੇਰੀ ਚਾਲ ਸੁੱਟੇ ਮੱਛੀ ਵਾਲਾ ਜਾਲ ਇਹ ਤਾਂ ਤੇਰੀ ਚਾਲ ਸੁੱਟੇ ਮੱਛੀ ਵਾਲਾ ਜਾਲ ਬੀਬੀ ਤਾਂ ਫਿਰ ਉਹਦੇ ਨਾਲ ਟੋਰਦੇ ਕਬੀਲਦਾਰੀ ਸਾਰੀ ਗੱਲ ਪਾਉਂਦੇ ਫਿਰ ਨੌਕਰਾ ਬਣਾ ਕੇ ਦਾਣੀ ਰੱਖਣਾ ਤੁਹਾਡੇ ਨਾਲ ਨੀ ਮਜਾਣਾ ਉੱਥੇ ਵੱਧਦਾ ਸਮਾਨ ਪੈਂਦਾ ਚੱਕਣਾ ਦਿਓਰ ਭਾਬੀ ਦੀ ਨੋਕ ਚੋਕ ਦਾ ਗੀਤ ਹੈ ਤੇ ਤੁਹਾਨੂੰ ਜਿੰਨਾ ਪਸੰਦ ਹੈ ਓਨਾ ਹੀ ਲੋਕਾਂ ਨੂੰ ਪਸੰਦ ਹੈ। ਵੱਡੀ ਗੱਲ ਇਹ ਹੈਗੀ ਹੈ ਇਹ ਰਿਸ਼ਤਾ ਕਿ ਲੈਣਾ ਚਾਹੇ ਗੀਤ ਨੂੰ ਕਈ ਸਾਲ ਪਹਿਲਾਂ ਗਾ ਤਾ ਪਰ ਅੱਜ ਵੀ ਦਿਓਰ ਭਾਬੀ ਦਾ ਜਿਹੜਾ ਰਿਸ਼ਤਾ ਉਹ ਕਹਿੰਦੇ ਟੱਕਣਾ ਸ਼ਬਦ ਜਿਹੜੇ ਹੈਗੇ ਆ ਠੇਠ ਪੰਜਾਬੀ ਸ਼ਬਦਾਂ ਦੀ ਜਿਹੜੀ ਵਰਤੋਂ ਕੀਤੀ ਜੀ ਅੱਜ ਕੱਲ੍ਹ ਲੋਕ ਵਿੱਚ ਇੰਗਲਿਸ਼ ਮਿਕਸ ਕਰ ਰਹੇ ਆ ਗੀਤ ਕਰ ਦਿੰਦੇ ਨਵੇਂ ਗੀਤ ਮੈਂ ਕਿਸੇ ਦੀ ਨੁਕਤਾ ਚ ਨਹੀਂ ਕਰਦਾ ਪਰ ਜੋ ਅਸਲੀਅਤ ਹੈ ਕਿਉਂਕਿ ਅਸੀਂ ਵੀ ਪਿੰਡਾਂ ਤੋਂ ਹਾਂ ਤੇ ਪਿੰਡਾਂ ਦੇ ਵਿੱਚ ਜਿਹੜੀਆਂ ਗੱਲਾਂ ਹੈਗੀਆਂ ਨੇ ਬਹੁਤ ਸਾਰੇ ਲੋਕ ਨੇ ਜਿੱਦਾਂ ਅਸੀਂ ਇੱਕ ਖਬਰ ਕਰ ਰਹੇ ਸੀ ਤੇ ਉਹ ਘੁਲਾੜੇ ਵਾਲੀ ਖਬਰ ਸੀ ਤੇ ਮੈਂ ਕਿਹਾ ਤੁਹਾਨੂੰ ਰੋਹ ਪਿਲਾਵਾਂਗੇ ਕੋਈ ਪੱਤਰਕਾਰ ਹੋਰ ਸੀ ਨਾਲ ਕਹਿੰਦਾ ਰੋਹ ਕੀ ਹੁੰਦਾ ਹੈ ਤੇ ਲੋਕ ਤਾਂ ਕਹਿੰਦੇ ਗੰਨੇ ਦਾ ਜੂਸ ਹੈ ਲੋ ਬੇਟਾ ਜੂਸ ਪੀ ਲੋ ਗੰਨੇ ਦਾ ਗੱਲ ਇਹ ਹੈ ਵੀ ਪਿੰਡਾਂ ਦੀ ਜੇ ਠੇਠ ਪੰਜਾਬੀ ਦੀ ਮੈਂ ਗੱਲ ਕਰਦਾ ਤੇ ਆਪਣਾ ਚੈਨਲ ਤੇ ਹਮੇਸ਼ਾ ਇਹ ਕੋਸ਼ਿਸ਼ ਰਹਿੰਦੀ ਪਾਕਿਸਤਾਨ ਵਾਲੇ ਕਿਉਂ ਸੁਣਦੇ ਆ ਉਹ ਕਹਿੰਦੇ ਸਾਡੀ ਬੋਲੀ ਤੁਹਾਡੀ ਬੋਲੀ ਨੂੰ ਟੱਚ ਕਰਦੀ ਹੈ ਕਿਉਂਕਿ ਆਪਾਂ ਪਿੰਡਾਂ ਦਾ ਪਿਛੋਕੜ ਤੇ ਪੰਜਾਬੀ ਗਾਇਕੀ ਦੀ ਗੱਲ ਕਰਦੇ ਨੇ ਜ਼ਿਆਦਾਤਰ ਗਾਇਕੀ ਪਿੰਡਾਂ ਨਾਲ ਹੀ ਜੁੜੀ ਹੈ। ਬਾਈ ਇਹ ਗੀਤ ਜਿਹੜਾ ਹੈਗਾ ਦਿਓਰ ਭਾਬੀ ਦੀ ਨੋ ਚੋਕ ਤੇ ਖਰਾ ਉਤਰਦਾ ਤੇ ਤਾਂ ਹੀ ਲੋਕਾਂ ਦੇ ਮਕਬੂਲ ਵੀ ਹੋਇਆ ਗੀਤ। ਹਾਂਜੀ ਹਾਂਜੀ ਅੱਜ ਵੀ ਲੋਕ ਜਿਹਦੇ ਖੇਤਾਂ ਦੇ ਵਿੱਚ ਕੰਮ ਕਰਦੇ ਜਾਂ ਕਿਤੇ ਵਿਆਹ ਸ਼ਾਦੀ ਹੁੰਦਾ ਗੀਤ ਅੱਜ ਵੀ ਵੱਜਦਾ। ਹਾਂਜੀ 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 ਬਿਲਕੁਲ।
ਗੀਤ ਵਿਆਹ ਸ਼ਾਦੀ ਤੇ ਵੀ ਗਾਏ ਜਾਂਦੇ ਆ, ਗੀਤ ਹਰ ਜਗ੍ਹਾ ਤੇ ਗਾਏ ਜਾਂਦੇ, ਪਰ ਕਈ ਗੀਤ ਇਹ ਜਿਹੇ ਹੁੰਦੇ ਆ ਜਿਹੜੇ ਪਰਿਵਾਰ ਚ ਬਹਿ ਕੇ ਗਾਏ ਜਾਂਦੇ। ਹਾਂਜੀ ਹਾਂਜੀ, ਤੁਹਾਡੀ ਗਾਇਕੀ ਦੀ ਗੱਲ ਕਰ ਲੈਂਦੇ ਹਾਂ ਤਾਂ ਪਰਿਵਾਰ ਦੇ ਵਿੱਚ ਬਹਿ ਕੇ ਸੁਣਨ ਵਾਲੀ ਗਾਇਕੀ ਹੈ ਤੇ ਜਿਸ ਕਰਕੇ ਸਰੋਤੇ ਲੰਬੇ ਸਮੇਂ ਤੋਂ ਤੁਹਾਡੇ ਨਾਲ ਜੁੜੇ ਹੋਏ ਆ। ਦੂਸਰੇ ਪਾਸੇ ਗੱਲ ਕਰ ਲੈਂਦੇ ਹਾਂ ਆਪਾਂ ਅੱਜ ਦੀ ਗਾਇਕੀ ਬਾਰੇ, ਕੀ ਮੰਨਦੇ ਹੈਗੇ ਉਹ ਅੱਜ ਚਿੱਟੇ ਦਾ ਦੌਰ ਹੈ, ਲੋਕ ਅਸਲੇ ਵਾਲੇ ਪ੍ਰਮੋਟ, ਹੁਣ ਤਾਂ ਸਰਕਾਰ ਨੇ ਬੈਨ ਵੀ ਕਰਤਾ ਅਸਲੇ ਵਾਲੇ ਗੀਤਾਂ ਤੇ, ਚਿੱਟੇ ਦੀ ਬੜੀ ਵੱਡੀ ਮਾਰ ਜਿਹੜੀ ਹੈਗੀ ਆ, ਮੰਨਦੇ ਹੋ ਤੁਸੀਂ? ਨਾਸ ਮਾਰਿਆ ਪਿਆ ਪੰਜਾਬ ਦਾ, ਮਾਰਿਆ ਚਿੱਟੇ ਕਰਕੇ ਰੋਜ਼ਾਨਾ ਸਰਕਾਰਾਂ ਸਾਰੀਆਂ ਕਹਿ ਦਿੰਦੀਆਂ ਬੰਦ ਕਰਦੇ, ਪਰ ਚਿੱਟਾ ਇੱਕ ਅਜਿਹੀ ਬਿਮਾਰੀ ਲੱਗ ਚੁੱਕੀ, ਨੌਜਵਾਨ ਜਿਹੜੇ ਹੈਗੇ ਮੌਤ ਦੇ ਵੜ ਜਾ ਰਹੇ, ਬਿਲਕੁਲ ਅੱਖਾਂ ਦੇ ਵਿੱਚ, ਕਈ ਵਾਰ ਅਜਿਹੀ ਖਬਰ ਕਰਨ ਅਸੀਂ ਚਲੇ ਜਾਂਦੇ ਹਾਂ ਤੇ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਪਰਿਵਾਰਾਂ ਦੇ ਹਾਲਾਤ ਦੇ ਕੇ, ਬਿਲਕੁਲ ਤੇ ਮਾੜਾ ਹਾਲ ਹੋ ਗਿਆ। ਕੋਈ ਗਾਇਆ ਇੱਦਾਂ ਵੀ ਨਸ਼ਿਆਂ ਨੂੰ ਜਿਹੜੇ ਕਲਾਕਾਰ ਪ੍ਰਮੋਟ ਕਰਦੇ ਆ, ਤੁਸੀਂ ਇਹ ਨਸ਼ਿਆਂ ਨੂੰ ਪ੍ਰਮੋਟ ਨਾ ਕੀਤਾ ਜਾਵੇ, ਇੱਦਾਂ ਦਾ ਸੌਂਗ ਨਹੀਂ, ਅਸੀਂ ਨਸ਼ਿਆਂ ਵਾਲੇ ਗੀਤ ਪ੍ਰਮੋਟ ਨਾ ਕੀਤਾ ਜਾਵੇ, ਨਸ਼ਾ ਛੱਡ ਜਾਣ, ਇੱਦਾਂ ਦਾ ਵੀ ਕੋਈ ਗੀਤ ਗਾਇਆ? ਗਾਇਆ ਬਿਲਕੁਲ। ਮੈਂ ਤੁਹਾਨੂੰ ਇੱਕ ਗੀਤ ਸੁਣਾਉਣਾ, ਮੇਰਾ ਰਿਕਾਰਡ ਲੋਕੀ ਕਹਿੰਦੇ ਗੋਰੀ ਹੋ ਕੇ ਟੇਪ ਦੇ ਵਿੱਚ ਸੀ ਤੇ ਭਿੰਦੇ ਸ਼ਾਹ ਮੇਰੇ ਦੋਸਤ ਨੇ, ਉਹਨਾਂ ਨੇ ਕੰਪਨੀ ਖੋਲੀ ਸੀ ਸਨਰਾਈਜ਼ ਕੰਪਨੀ, ਉਹਦੇ ਵਿੱਚ ਸਭ ਤੋਂ ਪਹਿਲਾਂ ਗੀਤ ਇਹ ਲੋਕੀ ਕਹਿੰਦੇ ਗੋਰੀ ਸੀ। ਉਸ ਤੋਂ ਬਾਅਦ ਇੱਕ ਲਖਵਿੰਦਰ ਮਾਨ ਦਾ ਲਿਖਿਆ ਗੀਤ ਸੀਗਾ ਨਸ਼ਿਆਂ ਤੇ, ਤੇਰੇ ਦੋ ਹੀ ਅਸਲ ਟਿਕਾਣੇ ਵੇ ਜਾਂ ਠੇਕੇ ਤੇ ਜਾਂ ਠਾਣੇ ਵੇ, ਤੇਰੇ ਦੋ ਹੀ ਅਸਲ ਟਿਕਾਣੇ ਵੇ ਜਾਂ ਠੇਕੇ ਤੇ ਜਾਂ ਠਾਣੇ ਵੇ, ਕਰਨਾ ਤੂੜੀ ਨਾ ਦਾਣੇ ਵੇ, ਨਾ ਤੂੜੀ ਨਾ ਦਾਣੇ ਵੇ, ਬਸ ਭੁੱਖ ਨੰਗ ਦੇ ਡੇਰੇ, ਮੈਨੂੰ ਮਾਫ ਕਰੀ ਬਖਤਾ ਔਰ ਸਿਆ ਮੈਂ ਰਹਿ ਨਹੀਂ ਸਕਦੀ ਤੇਰੇ, ਮੈਨੂੰ ਮਾਫ ਕਰੀ ਬਖਤਾ ਔਰ ਸਿਆ ਮੈਂ ਰਹਿ ਨਹੀਂ ਸਕਦੀ ਤੇਰੇ, ਹੱਸਣਾ ਭੁੱਲ ਗਈ ਜਦ ਤੇਰੇ ਘਰ ਆਈ ਵੇ, ਇਹ ਫੁੱਲ ਵਰਗੀ ਰੂ ਜਾਂਦੀ ਐ ਕਮਲਾਈ ਵੇ, ਹੱਸਣਾ ਭੁੱਲ ਗਈ ਜਦ ਤੇਰੇ ਘਰ ਆਈ ਵੇ, ਇਹ ਫੁੱਲ ਵਰਗੀ ਰੂ ਜਾਂਦੀ ਐ ਕਮਲਾਈ ਵੇ, ਤੂੰ ਰਾਤ ਪਈ ਕਰੇ ਆਉਣਾ ਵੇ ਤੁਰ ਜਾਣਾ ਸੁਬਾਹ ਸਵੇਰੇ, ਮੈਨੂੰ ਮਾਫ ਕਰੀ ਬਖਤੌਰ ਸਿਆ ਮੈਂ ਰਹਿ ਨਹੀਂ ਸਕਦੀ ਤੇਰੇ, ਮੈਨੂੰ ਮਾਫ ਕਰੀ ਬਖਤੌਰ ਸਿਆ ਮੈਂ ਰਹਿ ਨਹੀਂ ਸਕਦੀ ਤੇਰੇ। ਗੱਲ ਇੱਕ ਬਖਤੌਰ ਸਿੰਘ ਦੇ ਕਰਦੇ ਨਹੀਂ, ਇਹ ਕਰ ਕਰ ਦੀ ਗੱਲ। ਬਿਲਕੁਲ, ਬਹੁਤ ਸਾਰੇ ਲੋਕ ਜਿਹੜੇ ਆ ਬਹੁਤ ਦੁਖੀ ਨੇ ਜੀ, ਜੋ ਦੇਖਦੇ ਆ ਲੋਕਾਂ ਨੂੰ ਇਹ ਲੱਗਦਾ ਵੀ ਲੋਕ ਵਾਕਈ। ਅੱਛਾ, ਆਪਣੀ ਗੱਲ ਹੋ ਰਹੀ ਸੀ ਵਰੇਗੰਢ ਟੂ ਤੋਂ ਪਹਿਲਾਂ ਕਈ ਹੋਰ ਆ ਗਏ। ਹਾਂਜੀ ਹਾਂਜੀ ਹਾਂਜੀ, ਤੇ ਜਿਹੜੇ ਹੋਰ ਆ ਗਏ ਤੇ ਉਹ ਵੀ ਸੁਣਾਉਣੇ ਹੈਗੇ ਆ, ਪਰ ਗੱਲਾਂ ਹੁਣ ਮੈਂ ਕੁਛ ਘਰ ਦੀਆਂ ਵੀ ਕਰਨੀਆਂ ਹੈਗੀਆਂ। ਬਿਲਕੁਲ ਜੀ, ਪਰਿਵਾਰ ਦੇ ਵਿੱਚ ਬੈਠੇ ਹਾਂ ਬਾਈ ਜੀ, ਜਦੋਂ ਗਾਇਕੀ ਤੁਸੀਂ ਸਟਾਰਟ ਕੀਤੀ ਸੀ ਉਸ ਸਮੇਂ ਤਾਂ ਆਪਾਂ ਨੂੰ ਕਿਤੇ ਰਿਕਾਰਡਿੰਗ ਕਰਾਉਣ ਵੀ ਜਾਣਾ ਪੈਂਦਾ ਸੀ, ਦੂਰ ਵੀ ਜਾਣਾ ਪਿਆ ਹੋਊਗਾ। ਅੱਜ ਕੱਲ੍ਹ ਤਾਂ ਘਰ ਦੇ ਵਿੱਚ ਹੀ ਕਹਿੰਦੇ ਗੰਗਾ ਵਗ ਰਹੀ ਹੈ ਤੇ ਘਰ ਦੇ ਵਿੱਚ ਹੀ ਸਟੂਡੀਓ ਹੈ ਤੇ ਸਭ ਕੁਛ ਕਰ, ਲੋਕ ਸਿੱਖ ਕੇ ਬਹੁਤ ਗਏ। ਕਿਹੜੇ ਕਿਹੜੇ ਗਾਇਕ ਸੀ ਜਿਹੜੇ ਤੁਹਾਡੇ ਤੋਂ ਸਿੱਖ ਕੇ ਗਏ, ਤੇ ਜਦੋਂ ਤੁਸੀਂ ਰਿਕਾਰਡਿੰਗ ਕਰਨ ਵਾਲੀ ਜਾਂਦੇ ਸੀ ਕਿੱਥੇ ਕਿੱਥੇ ਜਾਂਦੇ ਸੀ? ਉਹ ਔਂਕੜਾ ਬਣੇ, ਮੈਂ ਨਿਰਮਲ ਸਿੱਧੂ ਹੋਰਾਂ ਦਾ ਦੇਖਣਾ ਸੁਣ ਰਿਹਾ ਸੀ, ਉਹ ਦੱਸ ਰਿਹਾ ਸੀ ਕਿ ਮੈਂ 500 ਰੁਪਏ ਦੇ ਵਾਜਾ ਵੀ ਵਜਾਇਆ ਹੋਇਆ। ਉਹ ਜਾਂ ਦੌਰ ਵੀ ਆਪਾਂ ਅੱਜ ਜਿਹੜਾ ਹੈਗਾ, ਕਿਹੜੇ ਹਾਲਾਤਾਂ ਚ ਨਿਕਲ ਕੇ ਇੱਥੇ ਪਹੁੰਚੇ, ਅੱਜ ਮਾਲਕ ਦੀ ਕਿਰਪਾ ਹੈ, ਉਹ ਜ਼ਰੂਰ ਸ਼ੇਅਰ ਕਰੇ। ਕਹਿੰਦੇ ਸਰ ਸਾਡੀ ਨਾ ਅਸੀਂ ਮਤਲਬ ਆਪਦੇ ਰਿਆਜ਼ ਕਰਨ ਵਾਸਤੇ ਸੰਗੀਤ ਮਾਹੌਲ ਬਣਾਉਣ ਵਾਸਤੇ ਅਸੀਂ ਆਪ ਰਿਆਜ਼ ਕਰਦੇ ਰਹਿੰਦੇ ਹਾਂ, ਅਤੇ ਸਾਡੇ ਕੋਲ ਮਿਊਜ਼ਿਕ ਦੀ ਅਕੈਡਮੀ ਬਣਾਈ ਹੋਈ ਹੈ, ਬੱਚੇ ਸਿੱਖਣ ਆ ਜਾਂਦੇ ਆ, ਛੋਟੇ ਬੱਚੇ ਵੀ ਆ ਜਾਂਦੇ ਆ, ਮਚਿਓਰ ਵੀ ਆ ਜਾਂਦੇ ਆ, ਅਤੇ ਮੈਂ ਕਿਸੇ ਵੱਡੇ ਕਲਾਕਾਰ ਦਾ ਨਾਂ ਲੈ ਕੇ ਆਪ ਮਤਲਬ ਵੱਡਾ ਨਹੀਂ ਹੋਣਾ ਚਾਹੁੰਦਾ, ਫਲਾਣਾ ਪਤਾ ਉਹ ਪਤਾ ਜੀ ਉਸਤਾਦ ਆ ਲੋ, ਸਭ ਨੂੰ ਪਤਾ ਹੈ ਕਿੱਥੇ ਹੈ, ਮਤਲਬ ਅਜਿੰਦਰ ਕਲਾਵਾਰੀ ਕਿੱਥੇ ਸਟੈਂਡ ਕਰਦੇ ਆ ਹਰੇਕ ਨੂੰ ਪਤਾ ਹੈ। ਹਾਂਜੀ, ਅਤੇ ਬਹੁਤ ਕਲਾਕਾਰ ਆਪਣੇ ਮੇਰੇ ਸੱਜਣ ਮਿੱਤਰ ਨੇ, ਅਤੇ ਜੇ ਮੇਰੀ ਉਹਨਾਂ ਨੂੰ ਕੋਈ ਲੋੜ ਲੱਗਦੀ ਹੈ ਮੈਥੋਂ ਕੋਈ ਗੱਲ ਪੁੱਛ ਲੈਂਦੇ, ਮੈਂ ਦੱਸ ਵੀ ਦਿੰਦਾ, ਜਿੱਥੋਂ ਮੈਨੂੰ ਲੋੜ ਹੁੰਦੀ ਮੈਂ ਪੁੱਛ ਲੈਂਦਾ, ਅਤੇ ਚੱਲਦਾ ਰਹਿੰਦਾ ਸਾਰੇ ਸੰਗੀਤ ਦਾ ਹੀ ਕੰਮ ਚੱਲਦਾ ਤਾਰ ਵਿੱਚ, ਸਾਰਾ ਸੰਗੀਤਿਕ ਮਾਹੌਲ ਹੈ। ਹਾਂਜੀ ਹਾਂਜੀ, ਜਦੋਂ ਮੈਂ ਆਇਆ ਸੀ ਸੁਬਾਹ ਉਦੋਂ ਵੀ ਤੁਹਾਡੇ ਤਾਂ
ਗੰਗਾ ਵਗਦੀ ਆ, ਬਾਬੇ ਫਰੀਦ ਦੀ ਨਗਰੀ ਆ, ਹਾਂਜੀ ਹਾਂਜੀ ਹਾਂਜੀ, ਗੁਰਘਰ ਵੀ ਜਾਂਦੇ ਹੋ, ਪਰਿਵਾਰ ਦੇ ਵਿੱਚ ਜਿਹੜਾ ਇਤਫਾਕ ਹੈਗਾ ਕਿੱਦਾਂ ਦਾ ਹੈ? ਕਦੇ ਲੁੱਕ ਚੁੱਕ ਵੀ ਹੋ ਜਾਂਦੀ? ਲਾੜਕੇ ਦੇ ਗੁੱਸੇ ਵਾਲਾ ਗਾਣਾ ਵੀ ਸੁਣਾ ਦਿੱਤਾ ਹੋਏ? ਚਿੰਨੀ ਹੋ ਜਾਣਾ ਜਿਹੜੀ ਗੱਲ ਅਗਲੇ ਦੇ ਹੱਡਾਂ ਤੇ ਵੱਜਦੀ ਹੈ, ਉਸ ਚੀਜ਼ ਤੋਂ ਪਰਹੇਜ਼ ਕਰਦੇ। ਮੈਨੂੰ ਤੇ ਚੰਗਾ ਲੱਗਦਾ, ਮੈਂ ਕਿਹਾ ਤਿਆਰ ਹੋਣ ਲੱਗਾ, ਮੈਂ 5 ਮਿੰਟ ਹੀ ਲਾਉਣਾ। ਸਾਰੇ ਐਵੇਂ ਕਰਦੇ ਆ, ਲੇਡੀਜ਼ ਦਾ ਕੰਮ ਐਂ ਹੁੰਦਾ, ਲੇਡੀਜ਼ ਨੇ ਸਾਰੀ ਡਿਊਟੀ ਨਿਭਾ ਕੇ ਫਿਰ ਤਿਆਰ ਹੋਣਾ ਹੁੰਦਾ। ਇੱਕ ਗੱਲ ਕਹਾਂ ਜੀ, ਮੇਰੇ ਇੱਕ ਦੋਸਤ ਆਏ ਬੈਠੇ ਗੱਲਾਂ ਕਰ ਰਹੇ ਸੀ, ਉਹ ਕਹਿੰਦੇ ਲੇਡੀਜ਼ ਦਾ ਅਸੀਂ ਦੇਣਾ ਨਹੀਂ ਦੇ ਸਕਦੇ। ਮੈਂ ਇੱਕ ਗੱਲ ਕਹਿਣ ਲੱਗਿਆ, ਉਹ ਕਹਿੰਦਾ ਉਹ ਕਹਿੰਦਾ ਗੱਲ, ਉਹ ਕਹਿੰਦੇ ਵੀ ਸਭ ਤੋਂ ਪਹਿਲਾਂ ਘਰ ਚ ਕੌਣ ਉੱਠਦਾ? ਕਹਿੰਦਾ ਲੇਡੀ ਉੱਠਦੀ ਹੈ। ਤੁਹਾਡੇ ਲਈ ਚਾਹ ਵਾ, ਤੁਹਾਡੇ ਬੱਚੇ ਤਿਆਰ ਕਰਨੇ, ਉਸ ਤੋਂ ਬਾਅਦ ਉਹਨਾਂ ਸਕੂਲ ਪਾਉਣਾ, ਉਹਨਾਂ ਦੇ ਪਰੌਂਠੇ ਪਾਉਣੇ, ਹਰੇਕ ਚੀਜ਼ ਤਿਆਰ ਕਰਕੇ, ਤੇ ਸਭ ਤੋਂ ਰਾਤ ਨੂੰ ਲੇਟ ਕਹਿੰਦੇ ਸੋਣਾ, ਉਹ ਵੀ ਲੇਡੀ ਨੇ ਸੋਣਾ। ਕਹਿੰਦਾ ਲੇਡੀਜ਼ ਦਾ ਆਪਾਂ ਦੇਣਾ ਨਹੀਂ ਦੇ ਸਕਦੇ, ਹਾਂ ਬੰਦੇ ਵੀ ਕੰਮ ਕਰਦੇ। ਤੁਹਾਡੇ ਦੇਣਾ ਦੇਣ ਵਾਲੀ ਗੱਲ ਤੋਂ ਮੈਨੂੰ ਗੱਲ ਚੇਤੇ ਆ, ਛੋਟੀ ਜਿਹੀ ਫਨੀ ਜਿਹੀ ਗੱਲ ਹੈ। ਹਾਂ, ਕੋਈ ਬੰਦਾ ਆਪਦੇ ਕਿਸੇ ਮਿੱਤਰ ਕੋਲ ਗਿਆ, ਕਹਿੰਦਾ ਯਾਰ ਮੈਨੂੰ 20,000 ਰੁਪਏ ਦੀ ਜ਼ਰੂਰਤ ਹੈ, ਜਲਦੀ ਮੁੜ ਲੂ ਮੈਂ। ਉਹ ਕਹਿੰਦਾ ਲੈ ਜਾ ਯਾਰ, ਚੱਲ ਹੈ ਤਾਂ ਮੇਰਾ ਵੀ ਹੱਥ ਤੰਗ ਹੈ, ਪਰ ਦੇ ਦਿੰਦਾ। ਉਹਨੇ ਅੰਦਰ ਗਿਆ ਅਤੇ 20,000 ਰੁਪਏ ਲੈ ਕੇ ਫੜਾ ਤਾ। ਉਹ 20,000 ਰੁਪਈਆ ਫੜਾ ਕੇ ਜਦ ਫੜਾਇਆ, ਉਹ ਕਹਿੰਦਾ ਬਹੁਤ ਬਹੁਤ ਧੰਨਵਾਦ, ਮੈਂ ਤੁਹਾਡਾ ਦੇਣਾ ਜ਼ਿੰਦਗੀ ਭਰ ਨਹੀਂ ਮੁੜ ਸਕਦਾ। ਕਹਿੰਦਾ ਮੇਰਾ ਮੁੜ ਹੈ, ਤੈਨੂੰ ਦਸਾਂ ਦਿਨ ਵਾਸਤੇ ਦਿੱਤੇ ਸੀ, ਤੂੰ ਜ਼ਿੰਦਗੀ ਭਰਦਾ ਦੇਣਾ। ਇਸ ਕਰਕੇ ਵੀ ਇਹਨਾਂ ਦਾ ਦੇਣਾ ਤਾਂ ਮੋੜਨਾ ਹੀ ਪੈਂਦਾ, ਦੇਣਾ ਮੋੜ। ਆਉਣ ਦੇ ਜੀ, ਸਾਥ ਦਿਓ ਜੀ, ਅੱਜ ਥੋੜ੍ਹਾ ਸੁਣਾ ਲਓ ਜੀ ਗੁਰਬਾਣੀ। ਲੱਗਦਾ ਮਾਰ ਹੋ ਲਾਰਾ ਨੀ ਤੈਨੂੰ ਨੱਚਦੀ ਵੇਖਣਾ, ਲੱਗਦਾ ਮਾਰ ਹੋ ਲਾਰਾ ਨੀ ਤੈਨੂੰ ਨੱਚਦੀ ਵੇਖਣਾ, ਲੈ ਦੀ ਲਾਲ ਕਰਾਰਾ ਜੇ ਮੈਨੂੰ ਨੱਚਦੀ ਵੇਖਣਾ, ਲੈ ਦੀ ਲਾਲ ਕਰਾਰਾ ਜੇ ਮੈਨੂੰ ਨੱਚਦੀ ਵੇਖਣਾ। ਨੱਚਣਾ ਜਾਣਦੀ, ਟੱਪਣਾ ਜਾਣਦੀ, ਨੱਚਦੀ ਗਿੱਧੇ ਚ ਤੋੜਾ ਪੱਟਣਾ ਜਾਣਦੀ, ਤੀਰ ਕੇ ਬੁੱਲਾਂ ਨੂੰ ਨੱਕ ਵੱਟਣਾ ਜਾਣਦੀ, ਤੇਰੇ ਘਰ ਛੱਜ ਪਾ ਕੇ ਛੱਟਣਾ ਜਾਣਦੀ, ਕਰਦੇ ਚਿੱਤ ਕਰਾਰਾ ਨੀ ਤੈਨੂੰ ਨੱਚਦੀ ਵੇਖਣਾ, ਲੈ ਦੀ ਲਾਲ ਕਰਾਰਾ ਜੇ ਮੈਨੂੰ ਨੱਚਦੀ ਵੇਖਣਾ, ਲੈ ਦੀ ਲਾਲ ਕਰਾਰਾ ਜੇ ਮੈਨੂੰ ਨੱਚਦੀ ਵੇਖਣਾ। ਓਹੀ ਮੇਰੇ ਨੇ ਤੇਰੇ ਵਰਗੀ ਹੂਰ ਵਿਆਹ ਕੇ ਲਿਆਉਣੀ, ਨੀ ਕਰਮ ਪਾਗਾਂ ਵਾਲੀ ਆਜੋ ਸਾਡੇ ਘਰੇ ਪਰੋਣੀ, ਵੀਰ ਮੇਰੇ ਨੇ ਤੇਰੇ ਵਰਗੀ ਪੂਰਵੇ ਆ ਕੇ ਲਿਆਉਣੀ, ਨੀ ਕਰਮ ਪਾਗਾਂ ਵਾਲੀ ਆਜੋ ਸਾਡੇ ਘਰੇ ਪਰੋਣੀ, ਨਾ ਸਰ ਪਾ ਕਰ ਸਰਦਾਰਾ ਜੇ ਮੈਨੂੰ ਨੱਚਦੀ ਵੇਖਣਾ, ਅਲੱਗ ਦਮਾਰ ਹਦਾਰਾ ਨੀ ਤੈਨੂੰ ਨੱਚਦੀ ਵੇਖਣਾ, ਲੱਕਦਾ ਮਾਰ ਹੁਲਾਰਾ ਨੀ ਤੈਨੂੰ ਨੱਚਦੀ ਵੇਖਣਾ। ਜੋ ਵੀ ਆਖੇ ਪਿਆਰ ਨਾਲ ਹਰੀ ਰੀਜ ਕਰੂੰਗੀ ਪੂਰੀ, ਸਾਹਾਂ ਦੇ ਵਿੱਚ ਖੁੱਲ ਜੂ ਤੇਰੇ ਮੈਂ ਕਦੀ ਬਣ ਕਸਤੂਰੀ, ਜੋ ਵੀ ਆਖੇ ਪਿਆਰ ਨਾਲ ਹਰੀ ਰੀਜ ਕਰੂੰਗੀ ਪੂਰੀ, ਸਾਹਾਂ ਦੇ ਵਿੱਚ ਖੁੱਲ ਜੂ ਤੇਰੇ ਮੈਂ ਕਦੀ ਬਣ ਕਸਤੂਰੀ। ਜ਼ਰਾ ਆਖੀ ਫੇਰ ਦੁਬਾਰਾ ਨੀ, ਜ਼ਰਾ ਆਖੀ ਏ ਆਖੀ ਫੇਰ ਦੁਬਾਰਾ ਨੀ ਤੈਨੂੰ ਨੱਚਦੀ ਵੇਖਣਾ, ਲੈ ਦੀ ਲਾਲ ਕਰਾਰਾ ਜੇ ਮੈਨੂੰ ਨੱਚਦੀ ਵੇਖਣਾ, ਲੈ ਦੀ ਲਾਲ ਕਰਾਰਾ ਜੇ ਮੈਨੂੰ ਨੱਚਦੀ ਵੇਖਣਾ। ਬਿਲਕੁਲ ਜੀ, ਨੱਚਣੀ ਵੇਖ ਨੱਚਦੇ ਵੇਖਣਾ, ਤੇ ਗੱਲ ਗਰਾਰੇ ਤੇ ਆ ਗਈ ਵੀ ਗਰਾਰੇ ਨਾਲ ਨੱਚਿਆ ਬੰਦੇ ਜਾਊਗਾ। ਤੇ ਬਾਈ ਜੀ, ਗੱਲ ਇਹ ਹੈ ਹੁਣ ਤੱਕ ਕਿੰਨੇ ਗੀਤ ਜਿਹੜੇ ਆਪਣੇ ਰਿਕਾਰਡ ਹੋ ਚੁੱਕੇ? ਪੱਕਾ ਹਿਸਾਬ ਕਿਤਾਬ ਤਾਂ ਹੈ ਨੀ, ਪਰ ਫਿਰ ਮੇਰਾ ਖਿਆਲ ਹੈ ਵੀ 500 ਦੇ ਨੇੜੇ ਤਾਂ ਹੋ ਗਏ ਹੋਣੇ। 500? ਹਾਂਜੀ ਹਾਂਜੀ।
ਤੇ ਗੱਲ ਹੁਣ ਆਪਾਂ ਨਵੀਂ ਵਰੇਗੜ ਦੀ ਕਰ ਲੈਂਦੇ ਹਾਂ। ਦੇਖੋ ਵਰੇਗੜ ਸਿਆਲ ਦਾ ਜਿਹੜਾ ਉਹ ਜਿਵੇਂ ਅੱਜ ਹੁਣ ਸਿਆਲ ਦਾ ਚੱਲ ਰਿਹਾ ਹੈਗਾ, ਕਿਉਂ ਗੀਤ ਮਕਬੂਲ ਜ਼ਿਆਦਾ ਹੋਇਆ, ਉਹਦੇ ਜਿਹੜੇ ਬੋਲ ਹੈਗੇ ਨੇ ਜਿਹੜੇ ਜਾਂ ਜਿਸ ਅੰਦਾਜ਼ ਨੂੰ ਤੁਸੀਂ ਬੋਲਿਆ ਜਾਂ ਉਹਨੂੰ ਲੰਬਾਇਆ, ਉਹ ਬੜਾ ਵਧੀਆ ਲੋਕਾਂ ਦੇ ਫਿੱਟ ਵੱਜਦਾ ਤੇ ਹਰੇਕ ਘਰ ਦੇ ਨਾਲ ਉਹ ਗੱਲ ਜੁੜੀ ਹੋਈ ਹੈ। ਮੈਂ ਤੁਹਾਨੂੰ ਅੱਗੇ ਵੀ ਦੱਸਿਆ ਨਾ ਥਿਆਨ ਸਾਹਿਬ, ਗੀਤ ਉਹ ਜ਼ਰੂਰ ਚੰਗਾ ਲੱਗਦਾ ਜਿਹਨਾਂ ਦੀ ਜ਼ਿੰਦਗੀ ਬੜੀ ਸਮੂਥਲੀ ਚੱਲ ਰਹੀ ਹੈ, ਜਿਹਨਾਂ ਮੀਆਂ ਬੀਵੀ ਚ ਪਿਆਰ ਬਹੁਤ ਹੈ, ਜਿਹਨਾਂ ਦੀ ਸੱਤ ਕੁੰਜੀ ਚੱਲੀ ਜਾਂਦੀ ਹੈ ਤੇ ਉਹਨਾਂ ਨੂੰ ਤਾਂ ਕੀ ਚੰਗਾ ਲੱਗਣਾ। ਇਹ ਵੀ ਦੌਰ ਚੱਲ ਗਿਆ। ਹਾਂ, ਤੇ ਇਸ ਕਰਕੇ ਫਿਰ ਅਸੀਂ ਨਾ ਇੱਕ ਹੁਣ ਆਪਣਾ ਬਣ ਗਿਆ ਸੀ, ਕਹਿੰਦੇ ਆ ਬ੍ਰਾਂਡ ਬਣ ਗਿਆ, ਸਾਲ ਮਗਰੋਂ ਇੱਕ ਵਰੇਗੰਢ ਤੇ ਗੀਤ ਬਿਲਕੁਲ ਕਰਦੇ ਹਾਂ। ਇਦੋਂ ਪਹਿਲਾਂ ਉਹ ਵਰੇਗੰਢ ਸੀ ਫਸਟ, ਫਿਰ ਦੂਜੀ ਵਾਰ ਉਹਦਾ ਨਾਂ ਨਹੀਂ ਵਰੇਗੰਢ ਨਹੀਂ ਰੱਖਿਆ ਸੀਗਾ, ਗੱਲਾਂ ਗੋੜੀਆਂ ਉਹਦਾ ਨਾਂ ਸੀਗਾ, ਉਹ ਪਿਛਲੇ ਸਾਲ 30 ਨਵੰਬਰ ਨੂੰ ਐਤਕੀ, ਫਿਰ 30 ਨਵੰਬਰ ਨੂੰ ਵਰੇਗੰਢ 2 ਰਿਲੀਜ਼ ਕੀਤਾ, ਉਹਦੇ ਦੋ ਗੁਲ ਸੁਣਾਉਣ ਲੱਗੇ। ਆਪਣੇ ਵਿਆਹ ਦੀ ਵਰੇ ਗੰਢ ਗੋਰੀਏ, ਬੈਜ ਕੋਈ ਮੁਹੱਬਤਾਂ ਦੀ ਗੱਲ ਤੋਰੀਏ, ਆਪਣੇ ਵਿਆਹ ਦੀ ਵਰੇ ਗੰਢ ਗੋਰੀਏ, ਬੈਜ ਕੋਈ ਮੁਹੱਬਤਾਂ ਦੀ ਗੱਲ ਤੋਰੀਏ, ਕੱਢ ਫੁਲਕਾਰੀ ਉਹੀ ਸ਼ਗਨਾਂ ਦੇ ਵਾਲੀ, ਕੱਢ ਫੁਲਕਾਰੀ ਉਹੀ ਸ਼ਗਨਾਂ ਦੇ ਵਾਲੀ, ਕੀ ਤੇਰਾ ਮੁੱਕ ਲਾਵੇ ਦਾ ਸ਼ਿੰਗਾਰ ਤੱਕਣਾ, ਅੱਜ ਫੇਰ ਮਿਲ ਪਹਿਲੀ ਵਾਰ ਦੀ ਤਰ੍ਹਾਂ, ਫੇਰ ਤੈਨੂੰ ਅੱਜ ਪਹਿਲੀ ਵਾਰ ਤੱਕਣਾ, ਅੱਜ ਫੇਰ ਮਿਲ ਪਹਿਲੀ ਵਾਰ ਦੀ ਤਰ੍ਹਾਂ, ਫੇਰ ਤੈਨੂੰ ਅੱਜ ਪਹਿਲੀ ਵਾਰ ਤੱਕਣਾ, ਮੇਰੇ ਦਿਲ ਵਾਲੀ ਗੱਲ ਚੰਗ ਵੇ, ਬਿਲਕੁਲ ਗੁਲਾਬੀ ਪੱਗ ਫੇਰ ਬਣ ਵੇ, ਮੇਰੇ ਦਿਲ ਵਾਲੀ ਗੱਲ ਚੰਗ ਵੇ, ਉਹੀ ਤੂੰ ਗੁਲਾਬੀ ਪੱਗ ਫੇਰ ਬਣ ਵੇ, ਜਿਗ ਤੇ ਸੀ ਸਿਹਰਾ ਤੇਰੇ ਜੱਚ ਦਾ ਬਣਾ, ਜਿਗ ਤੇ ਸੀ ਸਿਹਰਾ ਤੇਰੇ ਜੱਚ ਦਾ ਬਣਾ, ਜੱਜ ਦਾ ਸੀ ਮੁੱਖ ਜੋ ਚਿਰਾਗ ਸੋਹਣਿਆ, ਤੇਰੀ ਮੇਰੀ ਪਹਿਲੀ ਮੁਲਾਕਾਤ ਵਰਗਾ, ਛੇੜ ਕੋਈ ਮੁਹੱਬਤਾਂ ਦਾ ਰਾਗ ਸੋਹਣਿਆ, ਤੇਰੀ ਮੇਰੀ ਪਹਿਲੀ ਮੁਲਾਕਾਤ ਵਰਗਾ, ਛੇੜ ਕੋਈ ਮੁਹੱਬਤਾਂ ਦਾ ਰਾਗ ਸੋਹਣਿਆ, ਅੱਜ ਮੈਂ ਜਿਉਣੀ ਉਹੀ ਰੰਗਲੀ ਜੀ ਰੁੱਤਨੀ, ਉਂਗਲੀ ਤੇ ਜਦੋਂ ਤੇਰੀ ਘੁੰਮਦੀ ਸੀ ਗੁੱਤਨੀ, ਆਏ ਘੁੰਮਦੀ ਸੀ ਗੁੱਤਨੀ, ਨਵੀਂ ਨਵੀਂ ਜਦੋਂ ਸਾਡੀ ਅੱਖ ਸੀ ਲੜੀ, ਨਵੀਂ ਨਵੀਂ ਜਦੋਂ ਸਾਡੀ ਅੱਖ ਸੀ ਲੜੀ, ਨੀ ਉਹੀ ਤੇਰੇ ਨੈਣਾ ਦਾ ਖਵਾਰ ਤੱਕਣਾ, ਅੱਜ ਫੇਰ ਮਿਲ ਪਹਿਲੀ ਵਾਰ ਦੀ ਤਰ੍ਹਾਂ, ਨੀ ਫੇਰ ਤੈਨੂੰ ਅੱਜ ਪਹਿਲੀ ਵਾਰ ਤੱਕਣਾ, ਅੱਜ ਫੇਰ ਮਿਲ ਪਹਿਲੀ ਵਾਰ ਦੀ ਤਰ੍ਹਾਂ, ਨੀ ਫੇਰ ਤੈਨੂੰ ਅੱਜ ਪਹਿਲੀ ਵਾਰ ਤੱਕਣਾ। ਬਿਲਕੁਲ ਜੀ, ਵਰੇਗੰਢ ਇਹ ਵੀ ਵਧੀਆ ਤੇ ਗੱਲ ਇਹ ਆਉਂਦੀ ਹੈ ਲਹਿੰਦੇ ਪੰਜਾਬ ਦੀ, ਗੱਲ ਕਰ ਲੈਂਦੇ ਚੜ੍ਹਦੇ ਪੰਜਾਬ ਦੇ ਲਹਿੰਦੇ ਸਾਰੇ, ਕਾਫੀ ਲੋਕ ਦਾ ਮੇਲ ਹੁੰਦਾ, ਕਾਫੀ ਬਜ਼ੁਰਗਾਂ ਦੀਆਂ ਖਬਰਾਂ ਵੀ ਕਰੀਦੀਆਂ, ਉਹਨਾਂ ਨੂੰ ਦਰਦ ਜਿਹੜਾ ਹੈਗਾ ਵਿਛੋੜੇ ਦਾ ਉਹ ਯਾਦ ਆ ਜਾਂਦਾ। ਮੈਂ ਬਾਪੂ ਵੇਖਣ ਨੂੰ ਮਿਲਿਆ ਪਿਛਲੇ ਦਿਨਾਂ ਦੇ ਵਿੱਚ, ਲੋਕ ਕਹਿੰਦਾ ਕਹਿੰਦਾ ਪੁੱਤਰ ਖੋਲ ਦੇਣਾ, ਕਹਿੰਦਾ ਮੈਂ ਭੱਜਦਾ ਚਲਾ ਜਾਊ, ਕਸੂਰ ਦੇ ਕੋਲ ਪਿੰਡ ਸੀ ਸਾਡਾ, ਕਹਿੰਦਾ 450 ਕਿੱਲਾ ਜ਼ਮੀਨ ਸੀ, ਕਹਿੰਦਾ 40 ਕਿੱਲੇ ਮਿਲੀ ਇੱਥੇ, ਕਹਿੰਦੇ ਸਰਦਾਰ ਸੀ ਅਸੀਂ ਉੱਥੇ, ਲੋਕਾਂ ਨੂੰ ਜਿਹੜਾ ਦਰਦ ਨਾ ਉਹ ਸਾਹਮਣੇ ਆ ਜਾਂਦਾ। ਬਿਲਕੁਲ ਜੀ ਬਿਲਕੁਲ, ਤੇ ਲਹਿੰਦੇ ਪੰਜਾਬ ਵਾਲੇ ਵੀ ਕਾਫੀ ਜੁੜੇ, ਮੈਂ ਤੁਹਾਨੂੰ ਪਹਿਲੇ ਦੱਸ ਚੁੱਕਿਆ, ਕੋਈ ਸਾਡੇ ਦੋਨਾਂ ਚੜ੍ਹਦੇ ਤੇ ਲਹਿੰਦੇ ਦਾ ਕੋਈ ਏਦਾਂ ਦਾ ਜਿਹੜਾ ਇੱਕ ਸੁਨੇਹਾ ਵਿੱਚ ਗੀਤ ਤੁਹਾਡਾ ਹੋਵੇ? ਪਹਿਲਾਂ ਅਸੀਂ ਉਸ ਤਰ੍ਹਾਂ ਦਾ ਗੀਤ ਕੋਈ ਰਿਕਾਰਡ ਨਹੀਂ ਕੀਤਾ ਗਾ, ਵੈਸੇ ਸਾਡੇ ਵੀ ਫੈਨਸ ਬਹੁਤ ਨੇ, ਸਾਨੂੰ ਕਮੈਂਟਸ ਦੇ ਵਿੱਚ ਵੀ ਆਉਂਦਾ ਰਹਿੰਦਾ, ਕਈ ਵਾਰ ਫੋਨ ਕਾਲ ਵੀ ਆਉਂਦੀ ਰਹਿੰਦੀ ਹੈ, ਗੀਤ ਸਾਡੇ ਸੁਣਦੇ ਆ, ਪਸੰਦ ਕਰਦੇ ਆ, ਸਾਡਾ ਮਤਲਬ ਸਾਨੂੰ ਚੰਗਾ ਲੱਗਦਾ ਜੇ ਸਾਨੂੰ ਸੁਣਦੇ ਹੋ। ਇੱਕ ਗੱਲ ਹੋਰ ਪੁੱਛਦਾ ਮੈਂ ਤੁਹਾਨੂੰ, ਅੱਜ ਕੱਲ ਸੋਸ਼ਲ ਮੀਡੀਆ ਦਾ ਬੜਾ ਜ਼ਮਾਨਾ ਹੈਗਾ, ਬਣਾਇਆ ਫਿਰ ਪੇਜ ਪੂਜ ਇੰਸਟਾ ਵਗੈਰਾ ਤੇ ਪਾਉਂਦੇ ਹੋ? ਬਣਾਇਆ ਤਾਂ ਹੈਗਾ ਜੀ, ਮੈਂ ਤੁਹਾਨੂੰ ਦੱਸਦਾ ਵੀ ਮੈਨੂੰ ਬੜਾ ਨਹੀਂ ਚਲਾਉਣਾ ਨਹੀਂ ਆਉਂਦਾ, ਜਾਂ ਆਖ ਲਓ ਮੈਂ ਬੜਾ ਸਿੱਖ ਕੇ ਨਹੀਂ ਰਹਿੰਦੀ ਇਹ ਕੰਮ। ਠੀਕ ਹੈ, ਆਪਣਾ ਬਣਾਇਆ ਤਾਂ ਹੈ, ਬੱਚਿਆਂ ਨੇ ਬਣਾ ਤੇ ਸੋਸ਼ਲ ਉਹਦੇ ਤੇ ਆਪਣੇ ਅਕਾਊਂਟ ਵੀ ਬਣਾਏ ਹੋਏ ਆ। ਠੀਕ ਹੈ, ਤੇ ਮੈਂ ਜ਼ਿਆਦਾ ਫੋਨ ਕਰਨ ਤੇ ਸੁਣਨ ਦਾ ਹੀ ਕੰਮ ਕਰਦਾ। ਕਿਸ ਨਾਮ ਤੇ ਆਪਾਂ ਕਹਿ ਵੀ ਦਿੰਦੇ ਹਾਂ ਫੋਲੋ ਕਰ ਲਓ? ਬਸ ਕੁਲਿੰਦਰ ਕੌਰ, ਸਿੱਧੇ ਉਹਦੇ ਨਾਂ ਦੇ ਹੀ ਤੇ ਪੇਜ ਹੈਗਾ। ਠੀਕ ਹੈ ਜੀ, ਉਹਦੇ ਤੇ ਹੀ ਲੋਕੀ ਕਰ ਲੈਂਦੇ ਆ। ਮੈਂ ਤਾਂ ਤੁਹਾਨੂੰ ਦੱਸਦਾ ਵੀ ਜੇ ਕੋਈ ਫੇਸਬੁੱਕ ਤੇ ਪੋਸਟ ਪਾਉਣੀ ਤਾਂ ਮੈਂ ਜਵਾਕਾਂ ਨੂੰ ਕਹਿਣਾ ਵੀ ਪਾ ਕੇ ਦੇ, ਮੈਨੂੰ ਪਾਉਣ ਪੂਣ ਦਾ ਨਹੀਂ ਬੜਾ ਕੰਮ ਰਹਿੰਦਾ। ਸਹੀ ਗੱਲ, ਚਲੋ ਠੀਕ ਹੈ ਜੀ। ਇਹ ਸਾਨੂੰ ਕੁਲਵਿੰਦਰ ਕੰਵਲ ਹੋਰੀ ਤੇ ਸਪਨਾ ਕੰਵਲ ਹੋਰੀ, ਅੱਜ ਦਾ ਇੰਟਰਵਿਊ ਕਿਵੇਂ ਲੱਗਿਆ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ। ਪਰਿਵਾਰਕ ਦੇ ਵਿੱਚ ਸੁਣਨ ਵਾਲੇ ਗੀਤ, ਪਰਿਵਾਰਾਂ ਦੇ ਵਿੱਚ ਬਾਈ ਹੋਰਾਂ ਦੇ ਅੱਜ ਵੀ ਜਿਹੜੇ ਆ ਲੋਕ ਖਾੜੇ ਉਹ ਵੀ ਦੇ ਜਿਉਂ ਦੇ ਤਿਉਂ ਲੱਗਦੇ ਆ, ਤੇ ਲਗਾਤਾਰ ਲੋਕਾਂ ਦੇ ਵਿੱਚ ਵਿਚਰ ਹੋਏ ਇਹਨਾਂ ਦੀਆਂ ਬਿਟੀਆਂ ਨੇ ਦੋਨੋਂ,
ਤੇ ਉਹਨਾਂ ਦਾ ਵੀ YouTube ਅਕਾਊਂਟ ਵੀ ਹੈ ਤੇ ਉਹਨਾਂ ਦਾ ਇੱਕ ਨਾਮ ਹੈ ਪੂਰਾ ਗਾਇਕੀ ਦੇ ਵਿੱਚ ਪਿਤਾ ਕਰਕੇ ਨਹੀਂ ਹੈ ਇਹ ਗੱਲ ਮੈਨੂੰ ਪਤਾ ਹੈ ਤੁਸੀਂ ਬਕਾਇਦਾ ਉਹ ਗੱਲ ਹਾਂ ਕਿਹਾ ਹੋਇਆ ਸੀ ਉਹਨਾਂ ਨੂੰ ਵੀ ਸਾਡਾ ਨਾਮ ਨਹੀਂ ਵਰਤੂ ਰਮਨੀਕ ਸੀ ਮਰਤਾ ਉਹਨਾਂ ਦਾ ਨਾਮ ਹਾਂਜੀ ਹਾਂ ਪਰ ਉਹ ਬਿਲਕੁਲ ਜੀ ਬੱਚੀਆਂ ਵੀ ਇਹਨਾਂ ਦਾ ਅੱਛਾ ਗਾਉਂਦੀਆਂ ਨੇ ਪੂਰਾ ਪਤਾ ਹੈ ਹਰੇਕ ਮੈਨੂੰ ਲੱਗਦਾ ਜਿਹੜਾ ਬੰਦਾ ਸੋਸ਼ਲ ਮੀਡੀਆ ਨਾਲ ਜੁੜਿਆ ਉਹਨਾਂ ਦੇ ਇੰਸਟਾ ਤੇ ਯੂਟਿਊਬ ਤੇ ਜਾਂ ਫੇਸਬੁੱਕ ਤੇ ਤੁਸੀਂ ਦੇਖਦੇ ਰਹੇ ਹੋ ਲਗਾਤਾਰ ਵੀਡੀਓ ਜਿਹੜੀ ਆ ਕਈ ਵਾਰੀ ਤਾਂ ਕਮੈਂਟ ਦੇ ਵਿੱਚ ਦੇਖਿਆ ਵੀ ਇਹ ਕੌਣ ਨੇ ਕਹਿੰਦੇ ਉਹ ਰਮਨੀਕ ਸਿੰਘ ਮਰਤਾ ਦੇ ਮੰਮੀ ਪਾਪਾ ਸਾਨੂੰ ਉਹਨਾਂ ਕਰਕੇ ਤੁਹਾਡੀ ਵੀ ਸਾਨੂੰ ਵੀ ਚੰਗਾ ਲੱਗਦਾ ਵੀ ਬੱਚੇ ਕਰਕੇ ਵੀ ਸਾਨੂੰ ਜਾਣ ਰਹੇ ਆ ਬਹੁਤ ਵਧੀਆ ਗੱਲ ਬਿਲਕੁਲ ਜੀ ਵੀਡੀਓ ਕਿਵੇਂ ਲੱਗਿਆ ਅੱਜ ਦਾ ਇੰਟਰਵਿਊ ਕਿਵੇਂ ਲੱਗਿਆ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਣਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਬਾਈ ਹੋਰਾਂ ਦਾ ਨੰਬਰ ਜਿਹੜਾ ਹੈਗਾ ਸਕਰੀਨ ਤੇ ਦੇ ਦਿੰਦਾ ਕਿਉਂਕਿ ਜਿਹੜੇ ਅਖਾੜੇ ਹੋਣਾ ਧੁੰਦਾ ਨਿਕਲ ਜਾਣੀਆਂ ਤੇ ਵਿਆਹ ਫਿਰ ਸਟਾਰਟ ਹੋ ਜਾਣੇ ਤੇ ਵਿਆਹਾਂ ਵਾਲਾ ਮਾਹੌਲ ਜੇ ਬਣਾਉਣਾ ਤੇ ਇਹ ਨਹੀਂ ਹੈ ਧਰਮ ਧੜਕਾ ਸੁਣਨਾ ਜੇ ਵਧੀਆ ਸੁਣਨਾ ਤੇ ਕਰ ਲਿਓ ਫਿਰ ਸੰਪਰਕ ਬਾਈ ਹੋਰਾਂ ਨੰਬਰ ਦੇਵਾਂਗੇ ਉੱਪਰ ਸਕਰੀਨ ਤੇ ਦੇਖਦੇ ਰਹੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚੈਨਲ ਤੁਹਾਡਾ ਖੁਦ ਦਾ ਗੁਰੂ ਹਰਸਾਹਿਬ ਲਾਈਵ